ਹਵਨ ਕਰਨ ਦੀ ਪ੍ਰਥਾ ਸਿੱਖਾਂ 'ਚ ਕਦੋਂ ਤੋਂ ਆ ਗਈ? ਸ਼ੁਰੂ ਤੋਂ ਤੁਹਾਨੂੰ ਇਸ ਬਾਰੇ ਗਿਆਨ ਹੋਣਾ ਚਾਹੀਦਾ ਵੀ ਕਦੋਂ ਕਿਹਨੇ ਕੀਤੀ ਸ਼ੁਰੂ ਦੱਸੋ। ਇਤਿਹਾਸ ਪੜ੍ਹੋ ਕਿਤੇ ਨੰਦੇੜ ਦਾ ਜਾ ਕੇ ਇਤਿਹਾਸ ਬਾਰੇ ਮੈਨੂੰ ਦੱਸੋ ਕਿਹੜੀ ਕਿਤਾਬ 'ਚ ਕਿਹੜੀ ਪੋਥੀ 'ਚ ਕਿੱਥੇ। ਮੈਂ ਤੁਹਾਡੇ ਤੋਂ ਪੁੱਛ ਰਿਹਾ ਨਾ ਕਿੱਥੇ ਲਿਖਿਆ ਕਿ ਨੰਦੇੜ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਹਵਨ ਕੀਤਾ ਹੋਵੇ, ਕਿੱਥੇ ਲਿਖਿਆ? ਮੈਨੂੰ ਉਹਦਾ ਹਵਾਲਾ ਦੇ ਦਿਓ ਨਾ। ਤੁਹਾਡੇ ਹਵਾਲਾ ਇਹ ਹੋਊਗਾ, ਤੁਸੀਂ ਕਿਹੜੀ ਹੇਮਕੁੰਡ ਸਾਹਿਬ ਦਾ ਇਤਿਹਾਸ ਕੀ ਆ? ਤੁਸੀਂ ਹੇਮਕੁੰਡ ਸਾਹਿਬ ਨੂੰ ਆਪਣਾ ਧਿਆਨ ਦੁਸ਼ਟ ਦਮਨ ਦੀ ਗੱਲ ਕਰ ਰਹੇ ਸੀ, ਸਰਬਜੋਤ ਦੀ ਗੱਲ ਕਰ ਰਹੇ ਸੀ। ਜਦੋਂ ਤੁਸੀਂ ਮੰਨਦੇ ਨਹੀਂ, ਤੁਸੀਂ ਦੂਸਰੀ ਨੂੰ ਉਹ ਇਗਨੋਰ ਕਰਦੇ ਹੋ। ਮੈਂ ਤੁਹਾਨੂੰ ਇਹ ਸਵਾਲ ਕਰ ਰਿਹਾ, ਮੈਨੂੰ ਵੀਡੀਓ ਨਹੀਂ ਚਾਹੀਦੀ। ਮੈਂ ਤੁਹਾਨੂੰ ਹਵਾਲਾ ਬਿਨਾਂ ਗ੍ਰੰਥ ਦੇ ਕੋਲ ਰੱਖ ਕੇ ਨਹੀਂ ਦੇ ਸਕਦੇ, ਬਿਨਾਂ ਗ੍ਰੰਥ ਦੇ। ਟਿੱਕਾ ਕਦੋਂ ਲਾਉਣ ਲੱਗ? ਸ਼ੁਰੂ ਤੋਂ ਲਾਉਂਦੇ ਨੇ। ਕਦੋਂ ਤੋਂ? ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਗੱਦੀ ਦਿੱਤੀ, ਉਸ ਸਮੇਂ ਕਿਵੇਂ ਦਿੱਤੀ? ਪਹਿਲਾਂ ਨਾਰੀਅਲ ਤੇ ਤਿਲਕ ਕੀਤਾ। ਤੇ ਤਿਲਕ ਲਾਉਣਾ ਕੋਈ, ਤੁਹਾਨੂੰ ਕਿਹੜੀ ਗੱਦੀ ਮਿਲੀ ਹੈ ਜਿਹੜਾ ਤਿਲਕ ਕਰਨਾ? ਜਿਹਦੇ ਨਾਲ ਮੇਰਾ ਚਿਹਰਾ ਮਿਲਦਾ, ਜਿਹਦੇ ਨਾਲ ਮੇਰਾ ਬਾਣਾ ਮਿਲਦਾ, ਉਹੀ ਪਲਾਂਟ ਕਰ ਸਕਦਾ। ਕੀ ਕਿਹਾ ਕਲਗੀਆਂ ਵਾਲੇ ਨੇ ਤੁਹਾਨੂੰ ਕਿ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠੋ ਤੇ ਉਹਨਾਂ ਦਾ ਪ੍ਰਚਾਰ ਕਰਦੇ ਹੋ? ਤੁਹਾਡੇ ਕੋਲ ਫੰਡ ਕਿੱਥੋਂ ਆਊਗਾ ਲੰਗਰ ਲਾਉਣਾ? ਆਪਦੀ ਇੰਨੀ ਕਮਾਈ ਹੈਗੀ ਵੀ ਤੁਸੀਂ 2 ਮਹੀਨੇ ਉੱਥੇ ਲੰਗਰ ਲਾ ਦਿਓ, ਇੰਨੀ ਲੱਖਾਂ ਦੀ ਗਿਣਤੀ 'ਚ ਸੰਗਤ ਜਾਊ। ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਕਦੇ? ਕਿਸੇ ਨੇ ਕਰਾਈ ਫੋਨ 'ਤੇ ਗੱਲ ਕਰਾਈ ਜਾਂ ਅਮਿਤ ਸ਼ਾਹ ਜੀ ਨਾਲ? ਤੁਹਾਡੇ ਮੁਕੇਸ਼ ਮਿਲਣਾ ਚਾਹੁੰਦੇ ਤੁਸੀਂ ਮਿਲੋਗੇ ਤੇ ਜਵਾਬ ਦਊਂਗੇ? ਮੈਂ ਨਹੀਂ ਮਿਲੂ, ਮੈਂ ਇੰਟਰਵਿਊ ਕਰਨਾ ਚਾਹੁੰਦਾ ਜੇ ਉਹ ਦੇਣਗੇ ਤਾਂ। ਹੋ ਸਕਦਾ ਤੁਹਾਨੂੰ ਬਹੁਤ ਸਾਰਾ ਫੰਡ ਮਿਲਿਆ ਹੋਵੇ ਵੀ ਜਾਓ ਭਾਈ ਉੱਥੇ ਲੰਗਰ ਲਾ ਕੇ ਐਂ ਰੀਪ੍ਰਜੈਂਟ ਕਰ ਦਿਓ ਸਿੱਖਾਂ ਨੂੰ। ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ, ਇਹ ਤਾਂ ਗੱਲ ਲੁਕੋ ਰਹੇ ਹੋ ਤੁਸੀਂ, ਗੱਲ ਦੱਸਦੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਵਾਲ ਨਾ ਹੋਵੇ, ਬਾਕੀ ਸਾਰਿਆਂ ਦੇ ਉੱਤੇ ਦੋਸ਼ ਲਾ ਦਿਓ ਵੀ ਇਹ ਤਾਂ ਫੰਡ ਲੈ ਲੈਂਦਾ, ਇਹ ਤਾਂ ਪੈਸਾ ਲੈ ਲੈਂਦਾ ਬਾਹਰੋਂ। ਇਹ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਦੇਣ ਆ, ਇਹ ਦਸਤਾਰ ਜਿਹੜੀ ਹੈ ਇਹ ਅੰਗਰੇਜ਼ਾਂ ਦੀ ਦੇਣ। ਪ੍ਰੋਬਲਮ ਹੈ ਇਸ ਦਸਤਾਰ ਤੋਂ ਮੇਰੇ ਵਰਗੇ ਬੰਦੇ ਨੂੰ ਤੁਸੀਂ ਸਿੱਖ ਨਹੀਂ ਮੰਨਦੇ? ਮੰਨਦਾ ਲੇਕਿਨ ਗੁਰੂ ਦਾ ਸਿੰਘ ਨਹੀਂ ਮੰਨਦਾ ਹੈਗਾ। ਅਸੀਂ ਘੁੰਗਰੂ ਨਹੀਂ ਪਾਏ ਪੈਰਾਂ 'ਚ, ਅਸੀਂ ਆਪਣੇ ਨਾਮਾਂ ਦੇ ਨਾਲ ਸਾਈਂ ਨਹੀਂ ਲਾਇਆ, ਅਸੀਂ ਕੋਈ ਥੋਮਸ ਨਹੀਂ ਬਣੇ। ਰਾਮ ਮੰਦਰ ਬਣ ਰਿਹਾ ਅਯੋਧਿਆ ਦੇ ਵਿੱਚ, ਪੂਰੇ ਦੇਸ਼ 'ਚ ਭਗਵਾਨ ਰਾਮ ਨੂੰ ਮੰਨਣ ਵਾਲਿਆਂ ਦੇ ਅੰਦਰ ਇੱਕ ਖੁਸ਼ੀ ਦੀ ਲਹਿਰ ਹੈ, ਭਾਜਪਾ ਸਿਹਰਾ ਲੈ ਰਹੀ ਹੈ। ਪਰ 2 ਦਿਨ ਪਹਿਲਾਂ ਇੱਕ ਨਵੀਂ ਗੱਲ ਆਈ ਕਿ ਇੱਕ ਨਿਹੰਗ ਸਿੰਘ ਆਪਣੇ ਤੌਰ ਦੇ ਉੱਤੇ ਮੂਹਰੇ ਆਉਂਦੇ ਨੇ ਅਤੇ ਕਹਿੰਦੇ ਆ ਕਿ ਅਸੀਂ ਲੰਗਰ ਲਾਵਾਂਗੇ। ਲੰਗਰ ਲਾਉਣਾ ਮਾੜੀ ਗੱਲ ਨਹੀਂ ਹੈ, ਸਿੱਖਾਂ ਦੇ ਵਿੱਚ ਲੰਗਰ ਲਾਉਣ ਦੀ ਪ੍ਰਥਾ ਪਹਿਲੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ, ਸੇਵਾ ਦਾ ਸਾਨੂੰ ਹੁਕਮ ਹੈ। ਪਰ ਜਿਵੇਂ ਇਹ ਸਭ ਕੁਛ ਹੋਇਆ ਉਹਦੇ 'ਤੇ ਵੱਡੇ ਸਵਾਲ ਖੜ੍ਹੇ ਹੋਏ। ਫਿਰ ਇੱਕ ਔਰਤ ਬਾਬਾ ਹਰਜੀਤ ਸਿੰਘ ਹੋਣਾ ਦੇ ਉੱਤੇ ਆ ਕੇ ਐਲੀਗੇਸ਼ਨ ਲਾਉਂਦੀ ਹੈ ਕਿ ਇਹਨਾਂ ਨੇ ਮੇਰਾ ਰੇਪ ਕੀਤਾ ਸੀ। ਤਾਂ ਕੀ ਰੇਪ ਦੇ ਐਲੀਗੇਸ਼ਨ ਵਾਲੇ ਬੰਦੇ ਨੂੰ ਇਹ ਸੋਭਦਾ ਹੈ ਕਿ ਇਹ ਪੰਥ ਨੂੰ ਰੀਪ੍ਰਜੈਂਟ ਕਰੇ ਐਡੇ ਵੱਡੇ ਪੱਧਰ ਦੇ ਉੱਤੇ ਜਾ ਕੇ? ਬਾਬਾ ਹਰਜੀਤ ਸਿੰਘ ਸਾਡੇ ਨਾਲ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਭਾਈ ਸਾਹਿਬ ਜੀ? ਬਹੁਤ ਕਿਰਪਾ ਹੈ। ਕਿਹਨੇ ਪਲਾਂਟ ਕੀਤਾ ਤੁਹਾਨੂੰ? ਮੈਨੂੰ ਕਲਗੀਆਂ ਵਾਲੇ ਨੇ, ਜਿਹਦੇ ਨਾਲ ਮੇਰਾ ਚਿਹਰਾ ਮਿਲਦਾ, ਜਿਹਦੇ ਨਾਲ ਮੇਰਾ ਬਾਣਾ ਮਿਲਦਾ, ਉਹੀ ਪਲਾਂਟ ਕਰ ਸਕਦਾ ਮੈਨੂੰ।
ਕੀ ਕਿਹਾ ਕਲਗੀ ਵਾਲੇ ਨੇ ਤੁਹਾਨੂੰ ਕਿ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠੋ ਅਤੇ ਉਹਨਾਂ ਦਾ ਪ੍ਰਚਾਰ ਕਰ ਦਿਓ? ਬੀਜੇਪੀ ਨੇ ਕਦੋਂ ਪ੍ਰਚਾਰ ਕੀਤਾ ਜਾਂ ਬੀਜੇਪੀ ਦਾ ਮੈਂ ਕਦੋਂ ਪ੍ਰਚਾਰ ਕੀਤਾ? ਮੈਂ ਪ੍ਰਚਾਰ ਕਲਗੀਧਰ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਦਾ ਕੀਤਾ ਕਿ ਆਓ ਆਪਾਂ ਲੰਗਰ ਲਗਾਈਏ ਉੱਥੇ, ਅਤੇ ਕਲਗੀ ਵਾਲੇ ਦੇ ਉਹਨਾਂ ਪੁੱਤਾਂ ਦਾ ਪ੍ਰਚਾਰ ਕੀਤਾ ਜਿਹੜੇ 1858 'ਚ ਉੱਥੇ ਜਾ ਕੇ ਜਿਨ੍ਹਾਂ ਨੇ ਉਸ ਮੰਦਰ ਨੂੰ ਉਸ ਮਸਜਿਦ ਤੋਂ ਆਜ਼ਾਦ ਕਰਵਾਇਆ। ਇਹਦੇ ਵਿੱਚ ਦੱਸੋ ਕਿੱਥੇ ਵੀ ਤੁਸੀਂ ਕੀ ਮੰਨਦੇ ਹੋ ਵੀ ਉਹ ਮਸਜਿਦ ਤੋਂ ਆਜ਼ਾਦ ਕਰਵਾਇਆ ਗਿਆ ਮੰਦਰ ਨੂੰ? ਅਗਰ ਅੱਜ ਮੈਂ ਤੁਹਾਡੇ ਕਿਸੇ ਸੰਸਥਾ ਨੂੰ ਜਾ ਕੇ ਉਹਦੇ 'ਤੇ ਆਪਣਾ ਬੋਰਡ ਲਾ ਦੇਵਾਂ, ਕੱਲ੍ਹ ਉਹਨੂੰ ਦੁਬਾਰਾ ਉਸ ਸੰਸਥਾ 'ਚ ਜੇ ਤੁਸੀਂ ਕੰਪਲੀਟ ਚੇਂਜ ਕਰਦੇ ਹੋ, ਉਹ ਆਜ਼ਾਦ ਕਰਾਉਣਾ ਹੀ ਹੋਊਗਾ। ਤੁਹਾਡੇ ਕੋਲ ਕੀ ਸਬੂਤ ਹੈ ਇਸ ਗੱਲ ਦਾ? ਮੇਰੇ ਕੋਲ FIR ਉਸ ਸਮੇਂ ਦੀ। FIR ਪ੍ਰੂਵ ਕਰ ਦਿੰਦੀ ਹੈ ਇਸ ਗੱਲ ਨੂੰ? ਜਦ ਉਹਨੂੰ ਸੁਪਰੀਮ ਕੋਰਟ ਨੇ ਕੀ ਇਸ ਮੁੱਦੇ 'ਤੇ ਕਿਹਾ ਤੁਸੀਂ ਪੜ੍ਹਿਆ? ਜਦੋਂ ਸੁਪਰੀਮ ਕੋਰਟ ਨੇ ਹੀ FIR ਦੇ ਆਧਾਰ 'ਤੇ ਹੀ ਉਹ ਫੈਸਲਾ ਦਿੱਤਾ। ਕੀ ਫੈਸਲਾ ਦਿੱਤਾ ਹੈ, ਪੜ੍ਹਿਆ ਤੁਸੀਂ? ਬਿਲਕੁਲ। ਕਿਉਂ ਫੈਸਲਾ ਦਿੱਤਾ? ਉਹ ਪੜ੍ਹਿਆ ਕਿ ਅੱਜ ਤੋਂ 5000 ਸਾਲ ਪਹਿਲਾਂ ਉਸ ਜਗ੍ਹਾ 'ਤੇ ਕੀ ਸੀ ਕੀ ਨਹੀਂ ਸੀ ਇਹ ਕਿਸੇ ਨੂੰ ਨਹੀਂ ਪਤਾ, ਲੇਕਿਨ ਇੱਥੇ ਅੱਜ ਵਿਵਾਦ ਕਿਸ ਗੱਲ ਦਾ ਹੋ ਰਿਹਾ? ਇਹ FIR ਹੀ ਇੱਕ ਪੁਰਾਣਾ ਪਰੂਫ ਆ ਜਿਹੜਾ ਉਹ ਦਰਸਾਉਂਦੀ ਆ ਕਿ ਇੱਥੇ ਪਹਿਲਾਂ ਰਾਮ ਮੰਦਰ ਸੀ। ਤੁਸੀਂ ਇਹ ਕਹਿੰਦੇ ਹੋ 1858 'ਚ ਤੁਹਾਡੇ ਪੁਰਖਿਆਂ ਨੇ ਜਾ ਕੇ ਪਹਿਲੀ ਵਾਰ ਉੱਥੇ ਲੰਗਰ ਲਾਇਆ, ਯੱਗ ਕੀਤਾ? ਬਿਲਕੁਲ, ਯੱਗ ਕੀਤਾ। ਹਾਂ, ਲੰਗਰ ਯੱਗ ਕੀਤਾ, ਹਵਨ ਕੀਤਾ। ਹਵਨ ਕਰਨ ਦੀ ਪ੍ਰਥਾ ਸਿੱਖਾਂ 'ਚ ਕਦੋਂ ਤੋਂ ਆ ਗਈ? ਸ਼ੁਰੂ ਤੋਂ। ਤੁਹਾਨੂੰ ਇਸ ਬਾਰੇ ਗਿਆਨ ਹੋਣਾ ਚਾਹੀਦਾ ਵੀ ਕਦੋਂ, ਕਿਹਨੇ ਕੀਤੀ ਸ਼ੁਰੂ? ਦੱਸੋ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਤੁਸੀਂ ਕਹੋ 10ਵੇਂ ਪਾਤਸ਼ਾਹ ਜੋ ਪਹਿਲਾਂ ਪੂਰਨ ਜਨਮ ਦੀ ਜਦੋਂ ਗੱਲ ਕਰਦੇ ਹਾਂ, ਜਦੋਂ ਧਰਤੀ ਦੀ ਸਾਜਨਾ ਕਰਦੇ ਹਾਂ, ਤੁਸੀਂ ਆਪਣੇ ਇਤਿਹਾਸ ਪੜ੍ਹੋ ਕਿਤੇ ਨੰਦੇੜ ਦਾ ਜਾ ਕੇ ਇਤਿਹਾਸ ਬਾਰੇ। ਮੈਨੂੰ ਦੱਸੋ ਕਿਹੜੀ ਕਿਤਾਬ 'ਚ, ਕਿਹੜੀ ਪੋਥੀ 'ਚ, ਕਿੱਥੇ? ਅਗਰ ਤੁਹਾਡੇ ਤੋਂ ਪੁੱਛ ਰਿਹਾ ਨਾ, ਕਿੱਥੇ ਲਿਖਿਆ ਕਿ ਨੰਦੇੜ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਹਵਨ ਕੀਤਾ ਹੋਵੇ? ਕਿੱਥੇ ਲਿਖਿਆ ਹੈ? ਜਿਸ ਜਗ੍ਹਾ 'ਤੇ ਗੁਰੂ ਸਾਹਿਬ ਦਾ ਇਸ ਸਮੇਂ ਪ੍ਰਕਾਸ਼ ਸੱਚਖੰਡ ਬਣਿਆ ਵਾ ਜੀ, ਉੱਥੇ ਨਾਲ ਹੀ ਜਦੋਂ ਲੰਗਰ ਸਾਹਿਬ ਦੇ ਨਾਲ ਜਾਂਦੇ, ਉੱਥੇ ਗੁਰਦੁਆਰਾ ਹੈਗਾ ਸਰਬ ਲੋਹ ਬੂੰਗਾ ਸਾਹਿਬ ਜੀ। ਆਪ ਜੀ ਨੂੰ ਸਰਬ ਲੋਕ ਗ੍ਰੰਥ ਬਾਰੇ ਗਿਆਨ ਹੈ? ਤੁਸੀਂ, ਮੈਂ ਸਰਬ ਲੋਕ ਗ੍ਰੰਥ ਦੀ ਗੱਲ ਤੁਹਾਡੇ ਨਾਲ ਕਰ ਲੂੰਗਾ। ਮੈਨੂੰ ਗੱਲ ਉੱਥੇ ਤੇ ਸਟਾਰਟ ਹੋਣੀ, ਗੱਲ ਦੁਸ਼ਟ ਦਮਨ ਤੇ ਸਟਾਰਟ ਹੋਣੀ। ਦੁਸ਼ਟ ਦਮਨ ਜੀ ਦਾ ਬਾਰੇ ਪਤਾ? ਜੇ ਦੁਸ਼ਟ ਦਮਨ ਜੀ ਬਾਰੇ ਆਪ ਜੀ ਨੂੰ ਪਤਾ, ਫਿਰ ਮੈਂ ਉਹਨੂੰ ਅੱਗੇ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ। ਮੈਂ, ਤੁਸੀਂ ਐਕਸਪਲੇਨ ਕਰ ਦਿਓ ਜੇ ਮੈਨੂੰ ਹੋ ਸਕਦਾ ਨਾ ਪਤਾ ਹੋਵੇ, ਮੇਰੇ ਵਰਗੇ ਹੋ ਸਕਦਾ ਬਹੁਤ ਸਾਰੇ ਸੁਣਨ ਵਾਲਿਆਂ ਨੂੰ ਨਾ ਪਤਾ ਹੋਵੇ, ਥੋੜ੍ਹਾ ਐਕਸਪਲੇਨ ਕਰ ਦਿਓ, ਥੋੜ੍ਹੇ ਸਾਡੇ ਗਿਆਨ 'ਚ ਵਾਧਾ ਕਰ ਦਿਓ। ਗਿਆਨ 'ਚ ਤੁਹਾਡੇ ਵਾਧਾ ਜੇ ਕਰਨਾ ਹੈਗਾ ਤਾਂ ਦੁਸ਼ ਦਮਨ ਦਾ ਜਿਹੜਾ ਪੂਰਾ ਜਿਹੜਾ ਸਾਨੂੰ ਗ੍ਰੰਥ ਆ, ਦਸਮ ਦੀ ਬਾਣੀ ਦਾ ਪੂਰਾ ਮੈਂ ਤੁਹਾਨੂੰ PDF ਭੇਜ ਦੂੰਗਾ, ਤੁਸੀਂ ਇਹਨੂੰ ਆਰਾਮ ਨਾਲ ਪੜ੍ਹ ਲਓ। ਮੈਨੂੰ ਉਹਦਾ ਹਵਾਲਾ ਦੇ ਦਿਓ ਨਾ, ਤੁਹਾਡੇ ਕੋਲ ਇਹ ਹੋਊਗਾ ਤੁਸੀਂ ਜਿਹੜੀ ਹੇਮਕੁੰਡ ਸਾਹਿਬ ਦਾ ਇਤਿਹਾਸ ਕੀ ਆ, ਤੁਸੀਂ ਹੇਮਕੁੰਡ ਸਾਹਿਬ ਨੂੰ ਆਪਣਾ ਤੁਸੀਂ ਦੁਸ਼ਟ ਦਮਨ ਦੀ ਗੱਲ ਕਰ ਰਹੇ ਸੀ, ਸਰਬ ਲੋਕ ਦੀ ਗੱਲ ਕਰ ਰਹੇ ਸੀ, ਇੱਕ ਤਾਂ ਤੁਸੀਂ ਮੰਨਦੇ ਨਹੀਂ ਹੋ, ਤੁਸੀਂ ਦੂਸਰੀ ਨੂੰ ਉਹ ਇਗਨੋਰ ਕਰਦੇ ਹੋ। ਮੈਂ ਇਹ ਕਹਿ ਰਿਹਾ ਕਿ ਤੁਸੀਂ, ਤੁਹਾਡੇ ਕੋਲੇ ਖੁੱਲਾ ਸਮਾਂ ਆਪਣੇ ਕੋਲੇ, ਤੁਸੀਂ, ਮੈਂ ਬੋਲਦਾ ਨਹੀਂ, ਤੁਸੀਂ ਐਕਸਪਲੇਨ ਕਰੋ ਕਿ ਹਵਨ ਦਾ ਸਿੱਖ ਇਤਿਹਾਸ ਦੇ ਵਿੱਚ ਤੇ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਕਿਹੜਾ ਹਵਾਲਾ ਹੈ? ਪਹਿਲਾ ਹਵਾਲਾ ਇਹ ਹੈ ਕਿ ਜਦੋਂ ਦਸਮ ਦਾ ਯੱਗ ਹੁੰਦਾ ਸਿੱਖ ਇਤਿਹਾਸ ਦੇ ਵਿੱਚ, ਤੇ ਪ੍ਰੈਜ਼ੀਡੈਂਟ ਅੱਜ ਤੋਂ 3 ਮਹੀਨੇ ਪਹਿਲਾਂ, ਕਿੰਨੇ ਮਹੀਨੇ ਪਹਿਲਾਂ? 3 ਮਹੀਨੇ, 3 ਮਹੀਨੇ ਪਹਿਲਾਂ ਜੀ, ਚੰਡੀਗੜ੍ਹ ਦੇ ਵਿੱਚ 5 ਦਲ ਦਾਸ ਦੇ ਘਰ ਆ ਕੇ ਦਸਮ ਦਾ ਯੱਗ ਹੁੰਦਾ, ਜਿਹੜੇ ਸਿੱਖਾਂ ਨੇ ਕਦੇ ਦੇਖਿਆ ਹੀ ਨਹੀਂ ਹੈਗਾ, ਉਹਨਾਂ ਨੂੰ ਕਿਵੇਂ ਕਿਵੇਂ ਸਮਝਾਉਣ ਦੇ, ਮੈਂ ਇਸ ਕਹੂੰਗਾ ਕੋਈ ਮੈਂ ਜ਼ਿਆਦਾ ਮੁਨਾਸਿਬ ਨਹੀਂ ਸਮਝਾਂਗਾ। ਉਸ ਸਮੇਂ ਤੁਸੀਂ ਅੱਜ ਦੀ ਗੱਲਾਂ ਕਰਾਂ, ਬ੍ਰਹਮ ਕਵਚ ਦੀ ਆਮ ਗੱਲ ਹੁੰਦੀ ਆ, ਬ੍ਰਹਮ ਕਵਚ ਵੀ ਹਵਨ ਕਰਕੇ ਹੀ ਕਰਦੇ ਨੇ, ਜਿਹੜਾ ਪਿੱਛੇ ਅਨੰਦਪੁਰ ਸਾਹਿਬ ਹੋਇਆ, ਹੁਣ ਰੀਸੈਂਟ ਕਿਲ੍ਹਾ ਲੋਹਗੜ੍ਹ ਸਾਹਿਬ ਹੋ ਰਿਹਾ ਜੀ। ਸੋ ਇਹ ਜਿਹੜੇ ਜਿੰਨੇ ਵੀ ਮੈਂ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ, ਮੈਂ ਸਵਾਲ ਦੁਹਰਾ ਲਾਂ ਆਪਦਾ। ਮੈਂ ਇਹ ਕਹਿ ਰਿਹਾ ਕਿ ਬਾਣੀ ਜਾਂ ਦਸਮ ਗ੍ਰੰਥ ਦੀ ਵੀ ਬਾਣੀ ਜਿਹਨੂੰ ਮੈਂ ਮੰਨਦਾ,
ਮੈਨੂੰ ਤੁਸੀਂ ਕੋਈ ਹਵਾਲਾ ਦੇ ਦਿਓ ਕਿ ਜਿਹਦੇ 'ਚ ਇਹ ਲਿਖਿਆ ਹੋਵੇ ਕਿ ਗੁਰੂ ਸਾਹਿਬ ਹਵਨ ਕਰਦੇ ਸੀ। ਮੈਂ ਸਿਰਫ ਹਵਾਲਾ ਮੰਗ ਰਿਹਾ ਤੁਹਾਡੇ ਤੋਂ। ਹਵਾਲਾ ਜਿਹੜਾ ਪਾਠ ਜਿਹੜਾ ਹੈਗਾ ਤੁਸੀਂ ਮੰਗਦੇ ਨੇ ਕਿ ਮੈਨੂੰ ਤੁਸੀਂ ਕੋਈ ਬਾਣੀ ਦੀ ਤੁੱਕ ਦੱਸ ਦਿਓ ਮੈਨੂੰ ਜਿਹਦੇ 'ਚ। ਜਾਂ ਤਾਂ ਆਪਾਂ ਬਾਣੀ ਦੀ ਪੋਥੀ ਲੈ ਕੇ ਬੈਠੀਏ। ਮੈਂ ਤੁਹਾਨੂੰ ਉਸ ਸਮੇਂ ਜਿਹੜਾ ਬੰਦਾ ਆਲਰੇਡੀ ਇੱਕ ਸੰਸਥਾ ਦੇ ਵਿੱਚ ਵਿਚਰਦਾ ਜੀ, ਜਿਹੜਾ ਰੋਜ਼ ਸੰਸਥਾ ਦੇ ਨਾਲ ਚੜ੍ਹਦਾ ਜੀ, ਮੈਂ ਤੁਹਾਨੂੰ ਇੱਕ ਨਹੀਂ ਉਹ ਹਜ਼ਾਰਾਂ ਵੀਡੀਓ ਦੇ ਸਕਦਾ ਜਿੱਥੇ ਦਲਾਂ ਦੇ ਮੁਖੀ ਹਾਜ਼ਰ ਨੇ। ਮੇਰੀ ਬੇਨਤੀ ਸਿਰਫ ਇੰਨੀ ਹੈ, ਮੈਂ ਸਵਾਲ ਸਿੰਪਲ ਗੱਲ, ਮੈਂ ਤੁਹਾਨੂੰ ਇਹ ਸਵਾਲ ਕਰ ਰਿਹਾ, ਮੈਨੂੰ ਵੀਡੀਓ ਨਹੀਂ ਚਾਹੀਦੀ। ਮੈਂ ਤੁਹਾਨੂੰ ਹਵਾਲਾ ਬਿਨਾਂ ਗ੍ਰੰਥ ਦੇ ਕੋਲ ਰੱਖ ਕੇ ਨਹੀਂ ਦੇ ਸਕਦਾ। ਨਹੀਂ ਦੇ ਸਕਦੇ ਬਿਨਾਂ ਗ੍ਰੰਥ ਤੋਂ। ਪਰ ਕੱਲ ਨੂੰ ਤੁਸੀਂ ਜਦੋਂ ਇੱਕ ਸ਼ਬਦ ਉੱਪਰ ਥੱਲੇ ਹੋ ਗਿਆ, ਨਾਲੇ ਕਿੰਤੂ ਪਰੰਤੂ, ਮੈਂ ਨਹੀਂ ਚਾਹੁੰਦਾ ਕਿ ਬਾਣੀ ਦੇ ਵਿੱਚ ਕਿੰਤੂ ਪਰੰਤੂ ਹੋਵੇ ਜਾਂ ਸ਼ਬਦ ਚ। ਜਦੋਂ ਵੀ ਤੁਸੀਂ ਜਦੋਂ ਤੁਸੀਂ ਬਾਣੀ ਦਾ ਕੋਈ ਹਵਾਲਾ ਲੈਣਾ, ਮੈਂ ਤੁਹਾਨੂੰ ਬਾਣੀ ਦਾ ਹਵਾਲਾ ਤੁਹਾਨੂੰ ਮੈਂ ਇਹ ਸਵਾਲ ਕਰ ਰਿਹਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਦਸਮ ਗ੍ਰੰਥ ਦੇ ਵਿੱਚ ਇਹ ਦਰਜ ਹੈ ਕਿਤੇ ਕਿਸੇ ਵੀ ਤੁੱਕ ਨਹੀਂ, ਤੁਸੀਂ ਕਹਿ ਰਹੇ ਹੋ ਬਹੁਤ ਸਰਬ ਲੋਕ ਗ੍ਰੰਥ ਦੇ ਵਿੱਚ ਇਹ ਹੈ ਕਿ ਗੁਰੂ ਸਾਹਿਬ ਹਵਨ ਕਰਦੇ ਸੀ। ਤੁਸੀਂ ਟਿੱਕਾ ਲਾ ਕੇ ਪ੍ਰੈਸ ਕਾਨਫਰੰਸ 'ਚ ਬੈਠੇ, ਅੱਜ ਕਿਉਂ ਨਹੀਂ ਲਾਇਆ? ਅੱਜ ਮੈਂ ਅਸਲ ਸਵੇਰ ਦਾ ਨਹਾਤਾ ਵੀ ਨਹੀਂ ਹੈਗਾ। ਹੁਣ ਤੁਸੀਂ ਕਹੋਗੇ ਨਹਾਤਾ ਕਿਉਂ ਨਹੀਂ ਹੈਗਾ, ਸਮੇਂ ਨਹੀਂ ਲੱਗਿਆ ਹੈਗਾ। ਸਾਰੀ ਰਾਤ ਟਰੈਵਲ ਕੀਤਾ, 12 ਵਜੇ ਆ ਗਿਆ, ਉਹਦੇ ਬਾਅਦ ਫਿਰ ਮੇਰੀ ਮੀਟਿੰਗ ਸੀਗੀਆਂ ਤੁਹਾਡੇ ਨਾਲ, ਕੁਛ ਪਹਿਲਾਂ ਹੋਰ ਭਰਾ ਆਏ ਹੋਏ ਤੇ, ਕਿਉਂਕਿ ਮੈਨੂੰ ਇਹ ਕਰਕੇ ਫੇਰ ਦੁਬਾਰਾ ਅਯੋਧਿਆ ਜਾਣਾ ਤੇ ਅੱਜ ਨਹੀਂ ਲਗਾਇਆ। ਅਗਰ ਹੈ ਤੁਹਾਡੇ ਕੋਲ ਟਿੱਕਾ ਕਦੋਂ ਲਾਉਣ ਲੱਗ? ਸ਼ੁਰੂ ਤੋਂ ਲਾਉਂਦੇ ਨੇ। ਕਦੋਂ ਤੋਂ? ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਗੱਦੀ ਦਿੱਤੀ ਉਸ ਸਮੇਂ ਕਿਵੇਂ ਦਿੱਤੀ? ਪਹਿਲਾਂ ਨਾਰੀਅਲ ਤੇ ਤਿਲਕ ਕੀਤਾ। ਤਿਲਕ ਲਾਉਣਾ ਕੋਈ, ਤੁਹਾਨੂੰ ਕਿਹੜੀ ਗੱਦੀ ਮਿਲੀ ਹੈ ਜਿਹੜਾ ਤਿਲਕ ਕਰਨਾ? ਤਿਲਕ ਹਰ ਸਿੱਖ ਕਰ ਸਕਦਾ, ਹਰ ਸਿੱਖ ਕਰਦਾ ਹੈਗਾ। ਬਾਣੀ 'ਚ ਲਿਖਿਆ ਮੱਥੇ ਤਿਲਕ ਹੱਥ ਮਾਲਾ ਬਣ, ਲੋਕ ਨੇ ਰਾਮ ਖਿਲੋਣਾ ਜਾਣਾ। ਜਿਹੜਾ ਮੱਥੇ ਤੇ ਤਿਲਕ ਲਾਉਂਦਾ ਉਹ ਤਾਂ ਰਾਮ ਨੂੰ ਖਿਲਾਉਣਾ ਜਾਣਦਾ। ਖਿਲਾਉਣਾ ਉਹਨਾਂ ਵਾਸਤੇ ਹੈ ਜਿਹੜੇ ਉਹ ਮੰਨਦੇ ਨੇ ਖਿਲਾਉਣਾ। ਛੱਤਰੀ ਕੇ ਪੂਤ ਹੈ, ਬ੍ਰਾਹਮਣ ਕੇ ਨਾਹੇ। ਫਿਰ ਬਾਣੀ 'ਚ ਇਹ ਕਿਉਂ ਲਿਖਿਆ ਵੀ ਤਿਲਕ ਨਹੀਂ ਲਾਉਣਾ ਚਾਹੀਦਾ? ਕਿੱਥੇ? ਮੈਂ ਤੁਹਾਨੂੰ ਕਹਿੰਦਾ, ਮੈਂ ਤਾਂ ਬਾਣੀ ਦੀ ਤੁੱਕ ਹੀ ਕੋਟ ਕਰਦੀ ਤੁਹਾਨੂੰ। ਮੈਂ ਵੀ ਤਾਂ ਤੁਹਾਨੂੰ ਦੱਸੀ ਹੈ ਤਿਲਕ ਲਾਉਣਾ ਕਿੱਥੇ, ਛੱਤਰੀ ਦਾ ਕੰਮ ਹੈ, ਛੱਤਰੀ ਹੈ। ਫਿਰ ਬ੍ਰਾਹਮਣਵਾਦ ਦੇ ਪੈਰਾਂ 'ਚ ਕਿਉਂ ਬੈਠ ਗਏ ਹੋ ਜਾ ਕੇ? ਇਹਦੇ ਵਿੱਚ ਬ੍ਰਾਹਮਣਵਾਦ ਵਾਲੀ ਕੀ ਗੱਲ ਆ? ਅੱਜ ਜਿਹੜੀ ਮੌਜੂਦਾ ਨਿਜ਼ਾਮ ਚੱਲ ਰਿਹਾ, ਕੀ ਉਹ ਬ੍ਰਾਹਮਣਵਾਦ ਮਨੂਵਾਦ ਦੇ ਉੱਤੇ ਪੈਰਾਂ ਨਹੀਂ? ਬ੍ਰਾਹਮਣਵਾਦ ਨਹੀਂ ਹੈਗਾ, ਉਹ ਸਾਡੇ ਭਾਈ ਨੇ, ਸਾਡਾ ਸਮਾਜ। ਭਾਈ ਤੋਂ ਤਾਂ ਇਨਕਾਰ ਨਹੀਂ ਕਰ ਰਹੇ, ਦੇਸ਼ ਆ ਸਾਡਾ, ਸਾਡਾ ਦੇਸ਼ ਹੈ, ਇਨਕਾਰ ਨਹੀਂ ਕਰ ਰਹੇ। ਸਾਨੂੰ ਸ਼ੀਕ ਨਹੀਂ ਹੋਣਾ ਚਾਹੀਦਾ? ਨਹੀਂ ਇਨਕਾਰ ਕਰ ਰਹੇ, ਹੋਣਾ ਚਾਹੀਦਾ। ਫਿਰ ਉਹਨਾਂ ਦੇ ਪੈਰਾਂ 'ਚ ਬੈਠਣ ਵਾਲੀ ਕੀ ਗੱਲ ਇਹਦੇ 'ਚ? ਮਨੂਵਾਦ ਬ੍ਰਾਹਮਣਵਾਦ ਦਾ ਪ੍ਰਚਾਰ ਨਹੀਂ? ਉਹ ਤੇ ਮਨੂਵਾਦ ਕੀ ਆ? ਤੁਸੀਂ ਲੰਗਰ ਲਾਇਆ, ਉਹ ਮੰਦਰ ਬਣਾਇਆ, ਮਨੂਵਾਦ ਕੀ ਆ? ਦੇਸ਼ ਦੀ ਰਾਸ਼ਟਰਪਤੀ ਕਿਉਂ ਨਹੀਂ ਬੁਲਾਈ ਗਈ? ਪ੍ਰਧਾਨ ਮੰਤਰੀ ਪੁੱਛੋ, ਤੁਸੀਂ ਮੈਨੂੰ ਕੀ ਪੁੱਛਦੇ ਆ? ਮੈਂ ਪ੍ਰਧਾਨ ਮੰਤਰੀ ਬਣਾ ਦੂੰਗਾ, ਮੈਂ ਪੁੱਛ ਲੂੰ, ਤੁਸੀਂ ਮੈਨੂੰ ਪੁੱਛਿਓ? ਤੁਸੀਂ ਜਿੱਥੇ ਜਾ ਕੇ ਉਹਨਾਂ ਦੀ ਪ੍ਰੋੜਤਾ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਉਹ ਕਿੱਥੇ ਪ੍ਰਚਾਰ ਕਰ ਰਹੇ ਮਨੂਵਾਦ ਦਾ? ਮੈਂ ਦੱਸਤਾ ਤੁਹਾਨੂੰ, ਮੈਂ ਤਾਂ ਤੁਸੀਂ ਦੱਸਿਆ ਨਾ, ਤੁਹਾਡੀ ਆਪਣੀ ਸੋਚ ਆ। ਜਿਸ ਜਗ੍ਹਾ ਤੇ ਮੈਂ ਲੰਗਰ ਲਗਾਉਣਾ ਹੈ ਉੱਥੇ ਮੰਦਰ ਬਣੇ, ਲੱਲਾ ਜੀ ਬਿਰਾਜਮਾਨ ਹੋ ਰਹੇ ਨੇ, ਬਹੁਤ ਸਤਿਕਾਰ ਹੈ। ਫਿਰ ਇਹ ਬ੍ਰਾਹਮਣਵਾਦ ਕੀ ਹੋ ਗਿਆ? ਅੱਜ ਟਿੱਕਾ ਨਹੀਂ ਲਾਇਆ, ਉਸ ਦਿਨ ਟਿੱਕਾ ਲਾਇਆ, ਕਿੱਥੇ ਬੈਠੇ, ਇਹਦੇ ਤੇ ਸਵਾਲ ਉੱਠ ਰਹੇ ਨੇ। ਅੱਜ ਸਮਾਂ ਨਹੀਂ ਮਿਲਿਆ, ਅੱਜ ਮੇਰੇ ਗੁਲਾਬ ਵੀ ਨਹੀਂ ਲੱਗਿਆ ਹੋਇਆ ਹੈਗਾ, ਤਾਂ ਮੈਨੂੰ ਉਹ ਵੀ ਮਿਸ ਕਰ ਰਿਹਾ। ਮੈਂ ਕੀ ਮਿਸ ਕਰ ਰਹੇ ਹੋ? ਗੁਲਾਬ ਇੱਥੇ ਲੱਗਿਆ ਹੋਇਆ ਨਹੀਂ ਹੈਗਾ। ਗੁਲਾਬ ਲਾਉਂਦੇ ਹੋ? ਬਿਲਕੁਲ ਚਾਹੀਦਾ, ਰੋਜ਼ ਚਾਹੀਦਾ। ਸ਼ਿੰਗਾਰ ਹੈ? ਸ਼ਿੰਗਾਰ ਹੈ, ਜ਼ਰੂਰ ਚਾਹੀਦਾ। ਰੇਪ ਦੇ ਦੋਸ਼ ਲੱਗੇ ਤੁਹਾਡੇ ਤੇ? ਦੋਸ਼ ਲੱਗੇ ਨੇ, ਕੀਤਾ ਨਹੀਂ ਹੈਗਾ, ਮੈਂ ਤੁਹਾਡੇ ਤੇ ਲਾ ਸਕਦਾ। ਦੋਸ਼ ਤੇ ਕਰਨ ਦੇ ਵਿੱਚ ਫਰਕ ਹੈ। ਦੋਸ਼ ਲਾਉਣ ਵਾਲੇ ਕੋਰਟ ਵਿੱਚ ਜਾ ਕੇ ਹਾਰੇ ਵੀ ਨੇ, ਇਹ ਕਿਸੇ ਨੇ ਪੜ੍ਹਿਆ? ਦੋਸ਼ ਲੱਗੇ ਨੇ, ਕੋਈ ਵੀ ਲਾ ਸਕਦਾ। ਕੋਰਟ ਦੇ ਆਰਡਰ ਨੇ, ਅਗਰ ਤੁਹਾਡੇ ਕੋਲ ਜਾਸੀ ਸੂਤਕ ਅੰਚ ਸ਼ਬਦ ਜਾਂ ਕੋਈ ਮਹਿਲਾ ਆ ਕੇ ਦੋਸ਼ ਲਾਉਂਦੀ ਹੈ, ਤੁਹਾਡਾ ਕੰਮ ਹੈ FIR ਕਰਨਾ, ਨਾ ਕਿ ਇਨਕੁਆਇਰੀ ਕਰਨਾ। ਬਿਲਕੁਲ। ਅਗਰ ਤੁਹਾਡੀ ਸੁਣਵਾਈ ਨਹੀਂ ਹੋਈ, ਸੁਣਵਾਈ ਨਹੀਂ ਹੋਈ ਕਿ ਤੁਹਾਡੇ 'ਤੇ FIR ਨਹੀਂ ਹੋਈ, ਇਹਨੂੰ ਕਹਿੰਦੇ ਕਿ ਸਾਡੀ ਸੁਣਵਾਈ ਨਹੀਂ ਹੋਈ। ਮੀਡੀਆ 'ਚ ਬੰਦਾ ਤਾਂ ਉਛਾਲਦਾ ਹੈ।
ਦੂਸਰੇ ਪਾਸੇ ਤੁਹਾਡੀ ਸੁਣਵਾਈ ਵੀ ਹੋ ਗਈ, ਤੁਹਾਡੀ ਐਫ ਆਈ ਆਰ ਹੋ ਗਈ, ਨਾਲ ਆਪਦੀ ਕੋਰਟ ਨੇ ਕੀ ਆ ਉੱਥੇ ਸਾਡੀ ਵੀ ਮੇਰੀ ਵੀ ਸੁਣਵਾਈ ਰੱਖੀ ਆ ਕਿ ਮੈਂ ਇਹ ਕੰਮ ਨਹੀਂ ਕੀਤਾ। ਤੁਹਾਡਾ ਪੱਖ ਕੀ ਹੈ ਅੱਜ ਦੱਸ ਦਿਓ, ਲੋਕ ਸੁਣ ਰਹੇ। ਮੇਰਾ ਪੱਖ ਇਹੀ ਸੀ ਉਸ ਸਮੇਂ ਵੀ ਅਤੇ ਅੱਜ ਵੀ ਮੈਂ ਨਿਰਦੋਸ਼ ਹਾਂ। ਉਸ ਔਰਤ ਨੇ ਕਿਹਾ ਕਿ ਬਾਬਾ ਜੀ ਨੇ ਮੈਨੂੰ ਪਿੱਛੋਂ ਆ ਕੇ ਫੜਿਆ, ਇੱਕ ਕਮਰੇ ਦੇ ਵਿੱਚ ਮੈਨੂੰ ਜਾਣ ਨੂੰ ਕਿਹਾ, ਕਮਰਾ ਪਹਿਲਾਂ ਸਾਫ਼ ਸੀ, ਮੈਂ ਬੋਕਰ ਚੱਕਣ ਨੂੰ ਕਿਹਾ, ਪਿੱਛੋਂ ਬਾਬਾ ਜੀ ਨੇ ਆ ਕੇ ਮੈਨੂੰ ਇਸ ਤਰੀਕੇ ਨਾਲ ਟੱਚ ਕੀਤਾ ਕਿ ਜਿਹੜਾ ਮੈਨੂੰ ਮਹਿਸੂਸ ਹੋਇਆ ਕਿ ਹੁਣ ਠੀਕ ਨਹੀਂ ਹੈ। ਇਹ ਸਿਰਫ ਜਿਹੜੇ ਸ਼ਬਦ ਨੇ ਵੀ ਆਪਣੇ ਉਹਦੇ ਨੇ, ਉਹਦੇ ਕਿਹੇ ਜਿਹੇ ਗੰਦੇ ਸ਼ਬਦ ਨੇ, ਉਹਨੇ ਆਪਣੇ ਸੁਭਾਅ ਦੇ ਮੁਤਾਬਕ ਵਰਤਣੇ ਨੇ। ਪੁਲਿਸ ਨੇ ਉਹਦੀ ਇਨਕੁਆਇਰੀ ਕੀਤੀ ਆ ਜੀ, ਉਹ ਕੋਰਟ ਦੇ ਵਿੱਚ ਜਾ ਕੇ ਪੁਲਿਸ ਆਪ ਖੜੀ ਹੈ ਅਤੇ ਉਹਨਾਂ ਨੇ ਉੱਥੇ ਕੈਂਸਲੇਸ਼ਨ ਰਿਪੋਰਟ ਉਹਦੀ ਸਬਮਿਟ ਕੀਤੀ ਆ ਕਿ ਇਹ ਜਿਹੜਾ ਪਰਚਾ ਹੋਇਆ ਗਲਤ ਹੋਇਆ, ਇਹ ਬੰਦਾ ਨਿਰਦੋਸ਼ ਹੈ। ਮੈਂ ਨਹੀਂ ਕਿਹਾ, ਪ੍ਰਸ਼ਾਸਨ ਨੇ ਨਿਰਪੱਖ ਜਾਂਚ ਕੀਤੀ ਆ ਸਮੇਂ ਦੇ ਉੱਚ ਅਧਿਕਾਰੀਆਂ ਦੇ ਨਾਲ ਲੈ ਕੇ, ਔਰ ਲੀਗਲ ਸੈੱਲ ਅਡਵਾਈਜ਼ ਲੈਣੀ ਪੈਂਦੀ ਇਹਦੇ 'ਚ। ਉਹਨਾਂ ਦਾ ਜਿਹੜਾ ਵਕੀਲ ਆ ਉਹ ਉੱਥੇ ਖੜਾ ਸੀ, ਪਰਚਾ ਕੈਂਸਲ ਹੋਇਆ। ਹੁਣ ਪਰਚਾ ਕੈਂਸਲ ਹੋਣ ਤੋਂ ਬਾਅਦ ਠੀਕ, ਉਹਨਾਂ ਨੂੰ ਵੀ ਪਤਾ ਕਿ ਜਦੋਂ ਤੁਸੀਂ ਕਿਸੇ ਦਾ ਧੱਕਾ ਕਰੋਗੇ, ਝੂਠ ਬੋਲੋਗੇ, ਇਹ ਤਾਂ ਇੱਦਾਂ ਦਾ ਲੱਗਦਾ ਹੈਗਾ ਜਿਵੇਂ ਕਿਸੇ ਨੇ ਮੇਰੇ ਨਾਲ ਧੱਕਾ ਕੀਤਾ ਹੁੰਦਾ। ਤੁਸੀਂ ਇਹ ਕਹਿ ਰਹੇ ਹੋ ਕਿ ਪਰਚਾ ਜਿਹੜੀ ਔਰਤ ਦੋਸ਼ ਲਾ ਰਹੀ ਹੈ 3 ਸਾਲ ਪਹਿਲਾਂ ਮੇਰੇ ਨਾਲ ਰੇਪ ਹੋਇਆ ਜੀ, ਉਹ ਮੈਟਰ ਉਹਦੀ ਕੈਂਸਲੇਸ਼ਨ ਦਾਖਲ ਹੋ ਕੇ ਉਹ ਪਰਚਾ ਕੈਂਸਲ ਹੋ ਚੁੱਕਿਆ? ਬਿਲਕੁਲ ਜੀ। ਉਹ ਤੇ ਫਿਰ ਤੁਸੀਂ ਜੇ ਇਹ ਔਰਤ ਕੈਂਸਲੇਸ਼ਨ ਤੋਂ ਬਾਅਦ ਵੀ ਤੁਹਾਡੇ ਤੇ ਦੋਸ਼ ਲਾ ਰਹੀ ਹੈ, ਫਿਰ ਤੁਸੀਂ ਜੇ ਸੱਚੇ ਹੋ ਤੇ ਤੁਸੀਂ ਡੈਫੇਮੇਸ਼ਨ ਜਾਂ ਕੋਈ ਹੋਰ ਕਾਰਵਾਈ ਕਿਉਂ ਨਹੀਂ ਕੀਤੀ? ਉਹਨੇ ਕੀ ਕੀਤਾ ਹੈਗਾ ਕਿ ਕੁਝ ਚੈਨਲਾਂ ਨੇ ਉਹਨੂੰ ਪ੍ਰਮੋਟ ਕੀਤਾ, ਉਹ ਜਿਹੜੇ ਚੈਨਲ ਨੇ ਜਿਹੜੇ ਨਾਲ ਬੈਠੇ ਨੇ ਉਹਨਾਂ ਦੇ ਅਗੇਂਸਟ ਖਰੜ ਕੋਰਟ ਦੇ ਵਿੱਚ ਮੈਂ ਫਾਈਲ ਕੀਤੀ ਆ, ਲੇਕਿਨ ਉਹ ਸੰਮਨ ਨਹੀਂ ਲੈ ਚੁੱਕੇ। ਕਿਸੇ ਨੂੰ ਕੀ ਫਾਇਦਾ ਮਿਲੂ ਬਾਬਾ ਜੀ ਉਸ ਔਰਤ ਨੂੰ ਪ੍ਰਮੋਟ ਕਰਨ ਦਾ? ਪਿੱਛੇ ਕੁਝ ਅਜਿਹੇ ਲੋਕ ਨੇ ਜਿਨ੍ਹਾਂ ਦੀ ਰੋਟੀ ਹੀ ਬਾਹਰ ਦੇ ਕੁਛ ਅਜਿਹੀਆਂ ਏਜੰਸੀਆਂ ਨੂੰ ਖੁਸ਼ ਕਰਨ ਵਿੱਚ ਚੱਲਦੀ ਆ, ਜਿਨ੍ਹਾਂ ਨੇ ਕਿਸੇ ਨੇ ਤਿਲਕ 'ਤੇ ਉਂਗਲ ਕਰ ਲਈ, ਕਿਸੇ ਨੇ ਲੰਗਰ 'ਤੇ ਕਰ ਲਈ, ਕਿਸੇ ਨੇ ਪਰਿਵਾਰ 'ਤੇ ਕਰ ਲਈ, ਉਹਨਾਂ ਨੇ ਇਹ ਇਸ਼ੂ ਬਣਾ ਕੇ ਆਪਣੇ ਚੈਨਲ ਨੂੰ ਚਲਾਉਣਾ ਅਤੇ ਉਹਦੇ ਨਾਲ ਉਹਨਾਂ ਦੇ ਘਰ ਦੀਆਂ ਰੋਟੀਆਂ ਚੱਲਣੀ ਅਤੇ ਬਾਹਰ ਵਾਲਿਆਂ ਨੇ ਖੁਸ਼ ਹੋ ਕੇ ਉਹਨਾਂ ਨੂੰ 4 ਪੈਸੇ ਭੇਜਣੇ, ਹੋਰ ਕੋਈ ਕੰਮ ਨਹੀਂ। ਪੰਥ ਤੁਹਾਨੂੰ ਜੇ ਤਿਲਕ 'ਤੇ ਸਵਾਲ ਕਰ ਲਏ, ਪੰਥ ਤੁਹਾਨੂੰ ਲੰਗਰ ਦੇ ਉੱਤੇ ਉੱਥੇ ਸਵਾਲ ਕਰ ਲਏ, ਤਾਂ ਤੁਸੀਂ ਕਹਿ ਰਹੇ ਹੋ ਕਿ ਬਾਹਰਲੇ ਕਿਤੋਂ ਕੁਛ ਆਉਣਾ ਸੀ ਕਿਸੇ ਨੂੰ, ਉਹ ਮਤਲਬ ਫੰਡਾਂ ਦੀ ਗੱਲ ਹੈ? ਹੋਰ ਕਾਹਦੀ ਉਹਨਾਂ ਵਾਸਤੇ, ਹੋਰ ਕਾਹਦੀ ਆ? ਤਾਂ ਤੁਹਾਨੂੰ ਹੋ ਸਕਦਾ ਜੇ ਮੈਂ ਇੱਥੇ ਬੈਠਾ ਤੁਹਾਡੇ 'ਤੇ ਦੋਸ਼ ਲਾ ਸਕਦਾ, ਜੇ ਤੁਸੀਂ ਮੀਡੀਆ 'ਤੇ ਲਾ ਰਹੇ ਹੋ ਵੀ ਹੋ ਸਕਦਾ ਤੁਹਾਨੂੰ ਬਹੁਤ ਸਾਰਾ ਫੰਡ ਮਿਲਿਆ ਹੋਵੇ, ਵੀ ਜਾਓ ਭਾਈ ਉੱਥੇ ਲੰਗਰ ਲਾ ਕੇ ਐਂ ਰੀਪ੍ਰਜੈਂਟ ਕਰ ਦਿਓ ਸਿੱਖਾਂ ਨੂੰ। ਤੁਸੀਂ ਚੈੱਕ ਕਰ ਸਕਦੇ ਮੈਨੂੰ ਕੀ ਲਾਲਚ ਸੀਗਾ, ਮੈਂ ਤਾਂ ਗੁਰੂ ਨਾਨਕ ਦੀ ਅਡਿਓਲੋਜੀ ਨੂੰ ਅੱਗੇ ਲੈ ਕੇ ਚੱਲੇ ਹਾਂ, ਕੋਈ ਪਾਪ ਥੋੜ੍ਹੀ ਆ ਸਾਡੇ ਅੱਜ ਦੇ ਇਸੇ ਦੇ ਚੱਕਰ ਦੇ ਵਿੱਚ। ਇਹ ਉਹ ਲੋਕ ਨੇ ਜੇ ਗੁਰੂ ਸਾਹਿਬ ਉਸ ਸਮੇਂ ਮੱਕੇ ਚਲੇ ਜਾਂਦੇ, ਇਹ ਤਾਂ ਉਹਨਾਂ ਨੂੰ ਵੀ ਇਲਜ਼ਾਮ ਲਾ ਦਿੰਦੇ। ਤੁਹਾਡੇ ਕੋਲ ਕੋਈ ਦਸਤਾਵੇਜ਼ੀ ਸਬੂਤ ਹੈ ਕਿ ਤੁਹਾਡੇ ਪੁਰਖਿਆਂ ਨੇ ਉੱਥੇ ਉਸ ਵੇਲੇ ਯੱਗ ਕੀਤਾ ਸੀ, ਹਵਨ ਕੀਤਾ ਸੀਗਾ? ਹਾਂਜੀ ਹੈਗਾ। ਕੀ ਸਬੂਤ ਹੈ? ਮੇਰੇ ਕੋਲ ਇੱਕ ਐਫ ਆਈ ਆਰ ਦੀ ਕਾਪੀ ਆ ਜਿਹਦੇ ਵਿੱਚ ਉਹਨਾਂ ਦਾ ਨਾਮ ਦਰਜ ਆ। ਕੀ ਲਿਖਿਆ ਉਸ ਐਫ ਆਈ ਆਰ? ਉਹਦੇ ਵਿੱਚ ਬਕਾਇਦਾ ਲਿਖਿਆ ਕਿ ਨਿਹੰਗ ਫਕੀਰ ਸਿੰਘ ਖਾਲਸਾ ਆਪਣੇ ਸਾਥੀਆਂ ਦੇ ਨਾਲ ਇੱਥੇ ਆਏ, ਉਹਨਾਂ ਨੇ 25 ਦਿਨ ਉਹਨਾਂ ਦੇ ਕਬਜ਼ੇ 'ਚ ਰਿਹਾ ਅਤੇ ਉਹਨਾਂ 'ਤੇ ਫਿਰ ਐਫ ਆਈ ਆਰ ਜਿਹੜੀ ਆ ਥਾਣਾ ਕੋਤਵਾਲ ਅਯੋਧਿਆ ਦੇ ਵਿੱਚ ਉਰਦੂ ਦੀ ਆ ਉਹ ਕਾਪੀ, ਅੰਗਰੇਜ਼ਾਂ ਨੇ ਕੀਤੀ। ਹਾਂਜੀ। ਅਤੇ ਹੁਣ ਤੁਸੀਂ ਉਹਨਾਂ ਦੀ 8ਵੀਂ ਪੀੜ੍ਹੀ ਹੋ, 9ਵੀਂ ਪੀੜ੍ਹੀ, 8ਵੀਂ ਪੀੜ੍ਹੀ ਹੋ ਜੀ, ਅਤੇ ਹੁਣ ਤੁਸੀਂ ਵੀ ਉਹੀ ਕਰੋਗੇ ਜੋ ਉਹਨਾਂ ਨੇ ਕੀਤਾ ਉੱਥੇ ਜਾ ਕੇ? ਮੈਂ ਉਹਨਾਂ ਨੇ ਉਹਦਾ ਮੁਕਾਬਲਾ ਲਿਆ, ਮੈਂ ਕਬਜ਼ਾ ਨਹੀਂ ਲੈ ਰਿਹਾ, ਮੈਂ ਸੇਵਕਾਂ ਜਾ ਰਿਹਾ। 2 ਮਹੀਨੇ ਲੰਗਰ ਲਾਉਂਗੇ? 2 ਮਹੀਨੇ ਲਗਾਊਂਗਾ, ਅਰਦਾਸ ਕਰਿਓ ਕਿ ਇਹ ਰਨਾਂਤਰ ਚੱਲਦਾ ਰਹੇ। 2 ਮਹੀਨੇ ਹੀ ਕਿਉਂ ਸੋਚਿਆ ਤੁਸੀਂ? ਕਿਉਂਕਿ ਦੂਰ ਦਾ ਪਾਠਾ ਸੰਗਤ ਦਾ ਪਤਾ ਨਹੀਂ ਕਿੰਨਾ ਹੈ, ਕੋਈ ਪਰਮਾਨੈਂਟ ਆਪਣੇ ਕੋਲ ਉੱਥੇ ਥਾਂ ਹੈ ਨਹੀਂ ਕਿ ਆਪਾਂ ਕਿਤੇ ਜਗ੍ਹਾ ਬੈਠੇ ਰਹੀਏ, ਜੇ ਕਲਮੀਆਂ ਵਾਲੇ ਚਾਹੇ ਤਾਂ ਰੈਗੂਲਰ ਰਹੇ। ਤੁਹਾਡੇ ਕੋਲ ਫੰਡ ਕਿੱਥੋਂ ਆਊਗਾ ਲੰਗਰ ਲਾਉਣ ਵਾਸਤੇ? ਫੰਡ ਦੀ ਕੋਈ ਇੰਨਾ, ਜਦੋਂ ਗੁਰੂ ਨਾਨਕ ਦਾ ਨਾਮ ਲੈ ਕੇ ਚੱਲਦੇ ਤਾਂ ਫਿਰ ਉਹ 10 ਰੁਪਈਆਂ ਦੇ ਵਿੱਚ ਹੀ ਬਰਕਤ ਪਾ ਦਿੰਦਾ।
ਨਹੀਂ ਕੋਈ ਤਾਂ ਤੁਹਾਡੇ ਨਾਲ ਜੁੜਿਆ ਹੋਊਗਾ, ਕੋਈ ਤਾਂ ਕਹਿ ਰਹੇ ਹੋ ਪਿੱਛੇ ਅਸੀਂ ਬੈਠੇ ਹਾਂ, ਪਰਵਾਹ ਨਾ ਕਰੋ। ਨਹੀਂ ਕੋਈ ਇਹੋ ਜਿਹਾ ਨਹੀਂ, ਇਹ ਤਾਂ ਸਗੋਂ ਪਰਵਾਹ ਕਰਨ ਵਾਲੇ ਤਾਂ ਖਿੱਚਣ ਵਾਲਿਆਂ ਚੋਂ ਨੇ। ਤੁਹਾਡੀ ਆਪਦੀ ਇੰਨੀ ਕਮਾਈ ਹੈਗੀ ਵੀ ਤੁਸੀਂ 2 ਮਹੀਨੇ ਉੱਥੇ ਲੰਗਰ ਲਾ ਦਿਓ, ਇੰਨੀ ਲੱਖਾਂ ਦੀ ਗਿਣਤੀ 'ਚ ਸੰਗਤ ਜਾਊਗੀ। ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਬਣੇ। ਇਹ ਤਾਂ ਗੱਲ ਲਕੋ ਰਹੇ ਹੋ ਤੁਸੀਂ, ਗੱਲ ਦੱਸਦੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਵਾਲ ਨਾ ਹੋਵੇ, ਬਾਕੀ ਸਾਰਿਆਂ ਦੇ ਉੱਤੇ ਦੋਸ਼ ਲਾ ਦਿਓ ਵੀ ਇਹ ਤਾਂ ਫੰਡ ਲੈ ਲੈਂਦਾ, ਇਹ ਤਾਂ ਪੈਸਾ ਲੈ ਲੈਂਦਾ ਬਾਹਰੋਂ। ਨਹੀਂ ਕਮਾਈ ਨੂੰ ਇੱਥੇ ਕੀ ਆ, ਜਦ ਖਾਲਸੇ ਨੇ ਇੱਕ ਮੁੱਦਾ ਚੱਕੇ ਲਿਆ, ਜਿਹੇ ਕੁਝ ਵੇਚਣਾ ਪੈ ਜਾਵੇ, ਜਿਹੇ ਕੁਛ ਆਪਣਾ ਲੈਣਾ ਪੈ ਜਾਂਦਾ, ਤਾਂ ਕੀ ਫਰਕ ਹੈ? ਹਵਨ ਆਪਦੇ ਘਰੇ ਵੀ ਕਰਦੇ ਹੋ? ਬਿਲਕੁਲ ਕਰਦੇ। ਰੋਜ਼ ਕਰਦੇ ਹੋ? ਤਕਰੀਬਨ ਤਕਰੀਬਨ। ਬੱਕਰਾ ਝਟਕਾਉਂਦੇ ਹੋ? ਬੱਕਰਾ ਝਟਕਾਉਂਦੇ ਹਾਂ ਜਦੋਂ ਦਲ ਪੰਥ ਘਰੇ ਆਉਂਦੇ ਨੇ। ਖਾ ਵੀ ਲੈਂਦੇ ਹੋ? ਛਕਿਆ ਨਹੀਂ ਕਦੇ, ਬਚਪਨ ਤੋਂ ਨਹੀਂ ਛਕਿਆ, ਅਗਰ ਲੋੜ ਪਏ ਤਾਂ ਛੱਕ ਵੀ ਸਕਦਾ, ਪਰ ਛਕਿਆ ਨਹੀਂ ਕਦੇ। ਕੋਈ ਪਰਹੇਜ਼ ਨਹੀਂ ਛਕਣ 'ਚ? ਨਹੀਂ ਪਰਹੇਜ਼ ਕਾਹਦੇ ਹੈਗਾ, ਛਕਿਆ ਨਹੀਂ ਹੈਗਾ, ਪਰ ਮੈਂ ਛੱਕ ਸਕਦਾ। ਫਿਰ ਕਿੰਨਾ ਵਾਸਤੇ ਝਟਕਾਉਂਦੇ ਹੋ? ਪੰਥ ਆਉਂਦਾ ਹੈਗਾ, ਪੰਥ ਦੀ ਜੋ ਮਰਿਆਦਾ, ਤੁਹਾਡੇ ਕੋਲੇ ਛੱਕ ਕੇ ਜਾਂਦੇ? ਹਾਂ ਛੱਕਦੇ ਨੇ। ਨਾਲ ਹਵਨ ਵੀ ਕਰਦੇ ਹੋ? ਬਿਲਕੁਲ ਕਰਦੇ। ਹਵਨ ਦੇ ਨਾਲ ਮਾਸ ਜਿਹੜਾ ਖਾਣ ਦੀ ਇਹ ਇਜਾਜ਼ਤ ਹੈਗੀ? ਕਿੱਥੇ ਲਿਖਿਆ ਕਿ ਨਹੀਂ ਖਾਣਾ? ਮੈਂ ਤਾਂ ਪੁੱਛ ਰਿਹਾ ਤੁਹਾਨੂੰ। ਨਹੀਂ ਖਾ ਸਕਦੇ, ਖਾਂਦੇ ਨੇ, ਆਲਰੇਡੀ ਖਾਂਦੇ ਆ, ਤੇ ਹੁਣ 3 ਦਿਨ ਜਾਪ ਚ, 3 ਦਿਨ ਆਪਣੇ ਝਟਕਾਇਆ ਤੇ 3 ਦਿਨ ਨਾਰੀਅਲ ਝਟਕਾਏ। ਜਿਵੇਂ ਹੁਣ ਕੁਛ ਸਾਡੇ ਸਿੱਖਾਂ ਦੇ ਵਿੱਚ ਕੀ ਆ, ਜਿਹੜੇ 47 ਤੋਂ ਬਾਅਦ ਬਣੇ ਨਵੇਂ ਸਿੱਖ ਨੇ, ਮੈਂ ਨਵੇਂ ਸਿੱਖ ਹੀ ਕਹਿੰਦਾ। ਨਵੇਂ ਤੋਂ ਕੀ ਭਾਵ ਹੈ ਤੁਹਾਡਾ? ਨਵੇਂ ਤੇ ਜਿਹੜੇ ਕਹਿੰਦੇ ਜੀ ਨਾਰੀਅਲ ਨਹੀਂ ਰੱਖਣਾ, ਕੁੰਭ ਨਹੀਂ ਰੱਖਣਾ, ਧੂਫ ਨਹੀਂ ਕਰਨੀ, ਜੋਤ ਨਹੀਂ ਜਗਾਉਣੀ, ਇਹ ਨਵੇਂ ਸਿੱਖ ਨੇ। ਫਿਰ ਸਨਾਤਨ 'ਚ ਤੇ ਸਾਡੇ 'ਚ ਫਰਕ ਕੀ ਰਹਿ ਜਾਊਗਾ? ਪਹਿਲਾਂ ਜਿਹੜੇ ਜਿੰਨੇ ਸਾਡੇ ਜੋ ਸਾਡੇ ਪਰੰਪਰਾ ਚੱਲਦੀਆਂ ਆ ਰਹੀਆਂ ਨੇ, ਉਹਨਾਂ 'ਚ ਤੇ ਸਾਡਾ ਕੀ ਫਰਕ ਹੈ? ਕੋਈ ਫਰਕ ਨਹੀਂ ਹੈਗਾ। ਦਸਮ ਪਿਤਾ ਨੇ ਬਾਣਾ ਤੁਹਾਨੂੰ ਫਰਕ ਕਰਕੇ ਦਿੱਤਾ, ਤੇ ਨਹੀਂ ਤਾਂ ਲੋੜ ਕੀ ਸੀ? ਬਾਣਾ ਪਹਿਚਾਣ ਫਰਕ ਆ, ਲੇਕਿਨ ਕੁਛ ਸਾਡੀਆਂ ਪਰੰਪਰਾ ਨੇ ਜਿਹੜੀਆਂ, ਜਿਵੇਂ ਹਵਨ ਕਰਨਾ ਜਾਂ ਨਾਰੀਅਲ ਦਾ ਉਪਯੋਗ ਕਰਨਾ, ਤਿਲਕ ਕਰਨਾ, ਇਹ ਕੋਈ ਮਾੜਾ ਕੰਮ ਥੋੜ੍ਹੀ ਆ। ਮਾੜੇ ਤੇ ਚੰਗੇ ਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ, ਮੈਂ ਤਾਂ ਇਹ ਕਹਿ ਰਿਹਾ ਕਿ ਸਾਡੇ ਸਿਧਾਂਤ ਕੀ ਨੇ, ਉਹਨਾਂ ਦੇ ਸਿਧਾਂਤ ਕੀ ਨੇ। ਕੁਛ ਚੀਜ਼ਾਂ ਸਾਡੀਆਂ, ਅਸੀਂ ਸਨਾਤਨ ਤੋਂ ਵੱਖਰੇ ਹਾਂ ਕਿ ਨਹੀਂ, ਇਹ ਮੰਨਦੇ ਹੋ? ਕੁਛ ਚੀਜ਼ਾਂ ਸਾਡੀਆਂ ਆਪਸ 'ਚ ਮਿਲਦੀਆਂ ਨੇ, ਵੱਖਰੇ ਤਾਂ ਤੁਸੀਂ ਖੜਾ ਕੇ ਦੇ ਰਹੇ, ਵੈਸੇ ਹੀ ਵੱਖਰੇ ਆ, ਦੇਖਣ 'ਚ ਹੀ ਵੱਖਰੇ ਨਹੀਂ, ਸਿਧਾਂਤਕ ਤੌਰ ਤੇ ਵੱਖਰੇ, ਸਿਧਾਂਤਕ ਤੌਰ ਤੇ ਵੀ ਵੱਖਰੇ ਆ। ਗੁਰੂ ਸਾਹਿਬ ਨੇ ਵੱਖਰਾ, ਖਾਲਸੇ ਨੂੰ ਵੱਖਰਾ ਸਾਜਿਆ ਹੀ ਆ ਹਮੇਸ਼ਾ, ਖਾਲਸਾ ਕਿਸੇ 'ਚ ਨਹੀਂ ਰਲਦਾ, ਉਹ ਕਰੋੜਾਂ ਦੇ ਵਿੱਚ। ਤੁਸੀਂ ਇਹ ਤਾਂ ਨਹੀਂ ਮੰਨਦੇ ਵੀ ਕੇਸਾਧਾਰੀ ਹਿੰਦੂਆਂ ਸੀ? ਨਹੀਂ ਨਹੀਂ ਨਹੀਂ, ਹਿੰਦੂ ਵਾਲਾ ਪਾਰਟ ਇੱਦਾਂ ਦਾ ਨਹੀਂ ਹੈਗਾ, ਇਹ ਆਦਿ ਵਿਵਾਦ ਹੀ ਆ, ਕਿਉਂਕਿ ਉਹ ਲੋਕ ਨੇ ਸਾਡੇ 'ਚ ਹਿੰਦੂ ਨੇ, ਹਿੰਦੂਆਂ ਦੇ ਵਿੱਚ ਬਹੁਤ ਸਾਰੇ ਸੰਤ ਨੇ ਅਜਿਹੇ ਨੇ ਜਿਹੜੇ ਮੇਰੇ ਕੇਸਾਧਾਰੀ ਨੇ, ਬੜੇ ਮੇਰੇ ਮਿੱਤਰ ਨੇ, ਬੜਾ ਮੇਰਾ ਉਹਨਾਂ ਨਾਲ ਪਿਆਰ ਹੈ, ਇੱਦਾਂ ਦਾ ਕੋਈ ਨਹੀਂ ਹੈ। ਇੱਕ ਹੋਰ ਆ, ਪੱਗ ਅਸੀਂ ਬੰਨਦੇ ਨੇ, ਅਫਗਾਨੀ ਵੀ ਪੱਗ ਬੰਨਦੇ ਨੇ, ਬਹੁਤ ਸਾਰੇ ਹਿੰਦੂ ਭਾਈ ਆਪਣੇ ਉਹ ਨੇ, ਮੇਰੇ ਕੁਛ ਇਹੋ ਜਿਹੇ ਵੀ ਮਿੱਤਰ ਨੇ ਜਿਹੜੇ ਮੁਸਲਮਾਨ ਭਾਈਚਾਰੇ ਉਹਦੇ ਨੇ ਦਸਤਾਰ ਸਜਾਉਂਦੇ ਨੇ, ਕੇਸ ਰੱਖੇ ਹੋਏ ਨੇ, ਲੇਕਿਨ ਸਾਡਾ ਆਪਸ ਵਿੱਚ ਕਿਸੇ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ। ਇਹ ਤਾਂ ਕੁਛ ਮੁੱਠੀ ਭਰ ਲੋਕ ਨੇ ਜਿਹੜੇ ਗੱਲ ਨੂੰ ਉਛਾਲ ਕੇ ਲੋਕਾਂ ਵਿੱਚ ਆਪਣਾ ਪਰੰਪਰਾ ਨੂੰ ਉਹ ਸਾਨੂੰ ਖਰਾਬ ਕਰਨਾ ਚਾਹੁੰਦੇ ਨੇ। ਇਹ ਕੁਛ ਮੁੱਠੀ ਭਰ ਲੋਕ ਹਰ ਕਮਿਊਨਿਟੀ ਦੇ ਵਿੱਚ ਆਉਂਦੇ ਨੇ। ਨਵੇਂ ਬਣੇ ਸਿੱਖ ਤੁਸੀਂ ਕਹਿਤਾ, ਨਵੇਂ ਨੇ ਜਿਹੜੇ ਪਹਿਲਾਂ ਵਾਲੇ ਤੁਸੀਂ ਕਹਿ ਰਹੇ ਹੋ ਜੀ, ਉਹ ਤਿਲਕ ਵੀ ਲਾਉਂਦੇ ਸੀ, ਉਹ ਹਵਨ ਵੀ ਕਰਦੇ ਸੀ, ਉਹ ਅੱਜ ਉਹ ਪਰੰਪਰਾ ਅੱਜ ਵੀ ਚੱਲਦੀਆਂ ਨੇ। ਕਿੱਥੇ ਰਹਿੰਦੇ ਆ ਉਹ, ਮੈਨੂੰ ਤਾਂ ਦਿਖੇ ਨਹੀਂ। ਗੱਲਾਂ ਪੰਥਾਂ 'ਚ ਤੁਸੀਂ ਜਾ ਕੇ ਤਾਂ ਦੇਖੋ ਸਮਾਜ 'ਚ, ਬਾਕੀ ਕਿਉਂ ਨਹੀਂ? 3 ਕਰੋੜ ਦੇ ਨੇੜੇ ਪੰਜਾਬ 'ਚ ਸਿੱਖ ਰਹਿੰਦਾ ਹੈ, ਉਹ ਤਿਲਕ ਕਿਉਂ ਨਹੀਂ ਲਾਉਂਦਾ? ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਸਵੇਰੇ ਪਹਿਲਾਂ ਜਾ ਕੇ ਤਿਲਕ ਦਾ ਰਗੜਾ ਲਾ ਕੇ, ਦੇਗ ਦਾ, ਸ਼ਹੀਦੀ ਦੇਗਾਂ ਦਾ ਰਗੜਾ ਪਾ ਕੇ ਪਹਿਲਾਂ ਮਹਾਰਾਜ ਨੂੰ ਅੰਦਰ ਉਹ ਕਰਿਆ ਜਾਂਦਾ। ਉਹਨਾਂ ਦੀ ਗਿਣਤੀ ਕਿੰਨੀ ਹੈ? ਕਿਆ ਉਹ ਸਿੱਖ ਨਹੀਂ ਹੈਗੇ? ਮੈਂ ਇਹ ਗੱਲ ਕਹੀ ਨਹੀਂ, ਫਿਰ ਗਿਣਤੀ ਦੇ, ਮੈਂ ਤਾਂ ਸਵਾਲ ਕਰ ਰਿਹਾ ਕਿ ਸਾਡੇ ਵਿੱਚ ਗਿਣਤੀ ਆ, ਜਿਹੜਾ 3 ਕਰੋੜ ਸਿੱਖ ਪੰਜਾਬ 'ਚ ਵੱਸਦਾ ਹੈ, ਜਿਹੜਾ 100,000 ਸਿੱਖ ਦਿੱਲੀ ਤੇ ਪੰਜਾਬ ਤੋਂ ਬਾਹਰ ਵੱਸਦਾ, ਉਹ ਕਿਉਂ ਇਹ ਪ੍ਰੈਕਟਿਸ ਨਹੀਂ ਕਰਦੇ? ਫਿਰ ਇੱਕ ਜੀ ਨੂੰ ਯਾਦ ਰੱਖਣਾ ਹੈ, ਗੁਰਬਾਣੀ ਦਾ ਇੱਕ ਫਰਮਾਨ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੋਨੇ ਵਰਗੇ ਲੋਕ ਬਹੁਤ ਘੱਟ ਹੁੰਦੇ ਨੇ, ਜਿੰਨੇ ਪਰਸੈਂਟ ਧਰਤੀ 'ਤੇ ਸੋਨਾ ਨਾ, 90% ਹੀ ਸੋਨੇ ਵਰਗੇ ਲੋਕ ਨੇ, ਨਹੀਂ ਤਾਂ ਬਾਕੀ ਲੋਹਾ ਵਾਧੂ ਆ ਜਿਹੜਾ ਜੰਗ ਲੱਗਿਆ ਵਾ।
ਤੁਸੀਂ ਗਿਣਤੀ ਜਿਹੜੀ ਤੁਸੀਂ ਕੀ ਕਹਿ ਰਹੇ ਹੋ 3 ਕਰੋੜ ਸਿੱਖ ਪੰਜਾਬ ਚ ਵਸਦੇ ਨੂੰ ਜੰਗ ਲੱਗ ਗਿਆ? ਜੰਗੇ ਲੱਗਿਆ ਜਿਹੜੇ ਪੀਰਾਂ ਤੇ ਬੈਠੇ ਨੇ ਜਾ ਕੇ ਘੁੰਗਰੂ ਪਾ ਕੇ, ਸਾਰੇ ਤਾਂ ਨੀ ਪੀਰਾਂ ਤੇ ਬੈਠੇ, ਤੇ 3 ਕਰੋੜ ਦੇ ਵਿੱਚ ਕਿੰਨੇ ਕਿੰਨੇ ਜਿਹੜੇ ਗੁਰੂ ਸਾਹਿਬ ਦੀ ਆਈਡੀਓਲੋਜੀ ਨੂੰ ਮੰਨਦੇ ਨੇ? ਤੁਸੀਂ ਆਪਦੇ ਤੌਰ ਤੇ ਕਹਿ ਰਹੇ ਹੋ ਇਹ ਆਈਡੀਓਲੋਜੀ ਹੈ, ਇਹ ਤਾਂ ਕਨਫਲਿਕਟ ਪੈਦਾ ਹੋ ਗਿਆ। ਤੁਸੀਂ ਇਹ ਆਈਡੀਓਲੋਜੀ ਹੈ ਕਿ ਨਹੀਂ ਹੈ ਪਹਿਲਾਂ ਇਹ ਤਾਂ ਪ੍ਰੂਵ ਕਰਨਾ ਪਊ। ਜਿਹੜੇ ਅੱਜ ਕ੍ਰਿਸਚਨ ਬਣੇ ਨੇ, ਅਗਰ ਉਹਨਾਂ ਦੇ ਤੁਸੀਂ ਜਾ ਕੇ ਦੇਖੇ, ਉਹ ਸਿੱਖ ਤੇ ਉਹ ਕ੍ਰਿਸਚਨ ਨੇ, ਕਿੰਨੀ ਗਿਣਤੀ ਹੈ ਉਹਨਾਂ ਦੀ? ਤੁਸੀਂ ਪਿੰਡਾਂ ਵਿੱਚ ਜਾ ਕੇ ਤਾਂ ਹੁਣ ਤਾਂ ਬਹੁਤ ਗਿਣਤੀ ਹੈ ਉਹਨਾਂ ਦੀ, ਉਹਨਾਂ ਦੇ ਤੁਸੀਂ ਅੰਕੜੇ ਕੱਢੋ, 30% ਦੇ ਕਰੀਬ ਤਾਂ ਲੋਕ ਸਾਡੇ ਟੁੱਟ ਗਏ ਨੇ ਸਿੱਖੀ ਚੋਂ, ਫਿਰ ਉਹ ਕਿਉਂਕਿ ਹਵਨ ਨਹੀਂ ਕਰਦੇ ਸੀ ਤਾਂ ਟੁੱਟ ਗਏ। ਹਵਨ ਦਾ ਤਾਂ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਸਾਡੇ ਸਿੱਖਾਂ ਦੀਆਂ ਕਿੰਤੂ ਪਰੰਤੂਆਂ ਦੀ ਗੱਲ ਹੈ। ਤੁਸੀਂ ਤਾਂ ਕਹਿ ਰਹੇ ਹੋ ਕਿ ਜੰਗਾਲ ਲੱਗ ਗਿਆ ਉਹਨਾਂ ਨੂੰ, ਜੰਗ ਲੱਗ ਗਿਆ, ਜੰਗਾਲ ਹੀ ਲੱਗੇ ਤਾਂ ਹੀ ਉਹ ਆਪਣੀ ਅਡਿਓਲੀ ਨੂੰ ਛੱਡਦੇ ਜਾਂਦੇ ਨੇ। ਮੈਂ ਕਹਿ ਰਿਹਾ 3 ਕਰੋੜ ਸਿੱਖ ਪੰਜਾਬ 'ਚ, ਜਿਹੜਾ ਜਿਹੜਾ ਤਿਲਕ ਨਹੀਂ ਲਾਉਂਦਾ, ਜਿਹੜਾ ਹਵਨ ਨਹੀਂ ਕਰਦਾ, ਤੁਸੀਂ ਉਹਦੇ ਤੇ ਸਵਾਲ ਕਰ ਰਹੇ ਹੋ? ਤੁਸੀਂ ਕਹਿ ਰਹੇ ਹੋ ਇਹ ਨਵੇਂ ਬਣੇ ਹੋਏ ਸਿੱਖ ਨੇ, 47 ਤੋਂ ਬਾਅਦ ਬਣ ਗਏ ਇਹ? ਜਿਵੇਂ ਇਹ ਪਗੜੀ ਜਿਹੜੀ ਹੈਗੀ ਹੈ, ਇਹ 47 ਤੋਂ ਬਾਅਦ ਹੀ ਅੰਗਰੇਜ਼ਾਂ ਦੀ ਹੀ ਦੇਣ ਹੈ। ਇਹ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ, ਇਹ ਦਸਤਾਰ ਜਿਹੜੀ ਹੈ ਇਹ ਅੰਗਰੇਜ਼ਾਂ ਦੀ ਦੇਣ। ਪ੍ਰੋਬਲਮ ਹੈ ਇਸ ਦਸਤਾਰ ਤੋਂ ਤੁਹਾਨੂੰ? ਮੈਨੂੰ ਤਾਂ ਪ੍ਰੋਬਲਮ, ਮੈਨੂੰ ਤਾਂ ਸਿੱਖੀ ਦੇ ਨਾਲ ਪਿਆਰ ਹੈ, ਮੈਨੂੰ ਸਿੱਖੀ ਨਾਲ ਪਿਆਰ ਹੈ, ਮੈਨੂੰ ਇਹ ਅੱਛੀ ਨਹੀਂ ਲੱਗਦੀ। ਮੇਰੇ ਵਰਗੇ ਬੰਦੇ ਨੂੰ ਤੁਸੀਂ ਸਿੱਖ ਨਹੀਂ ਮੰਨਦੇ? ਮੰਨਦਾ, ਲੇਕਿਨ ਗੁਰੂ ਦਾ ਸਿੰਘ ਨਹੀਂ ਮੰਨਦਾ ਹੈਗਾ, ਉਹਦੇ ਪੂਰੀ ਜਿਹਨੂੰ ਤੁਸੀਂ ਕਹਿੰਦੇ ਨਾ ਵੀ ਗੁਰੂ ਦੀ ਆਈਡੀਓਲੋਜੀ ਨੂੰ ਮੰਨਣ ਵਾਲਾ, ਉਹ 100% ਨਹੀਂ ਮੰਨਦਾ। ਪਰ ਮੈਂ ਤਾਂ ਕਹਿ ਰਿਹਾ ਕਿ ਮੈਂ ਇਹ ਸਵਾਲ ਤੁਹਾਨੂੰ ਕਰ ਰਿਹਾ ਕਿ ਹਜ਼ਾਰਾਂ ਬੰਦਾ ਅੱਜ ਤੁਹਾਨੂੰ ਕਹੂਗਾ ਕਿ ਹਵਨ ਕਰਨ ਵਾਲੇ ਨੂੰ ਮੈਂ ਗੁਰੂ ਦਾ ਸਿੰਘ ਨਹੀਂ ਮੰਨਦਾ? ਉਹ ਆਪਣਾ ਕਹੀ ਜਾ, ਮੈਨੂੰ ਉਹਦੇ ਕੋਈ ਪ੍ਰੋਬਲਮ ਥੋੜੀ ਆ, ਉਹਦਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਮੈਨੂੰ ਕੋਈ ਫਰਕ ਨਹੀਂ ਹੈ, ਉਹ ਆਪਣਾ ਕਰਮ ਕਰ ਰਿਹਾ, ਮੈਂ ਆਪਣਾ ਕਰਮ ਕਰ ਰਿਹਾ, ਮੈਨੂੰ ਕੋਈ ਫਰਕ ਨਹੀਂ ਉਹਦਾ। ਤਪ ਕਰਦੇ ਹੋ? ਸਤਿਗੁਰੂ ਕਰਾ ਲੈਣ ਤਾਂ ਕਰ ਲੈਂਦੇ ਨੇ। ਕਿੰਨੇ ਘੰਟੇ ਬਹਿੰਦੇ ਹੋ ਨਾਮ ਤੇ? ਗਿਣਤੀਆਂ ਦੇ ਵਿੱਚ ਇੱਦਾਂ ਕਦੇ ਦੱਸਣ ਦਾ ਕੋਈ ਫਾਇਦਾ ਨਹੀਂ ਹੁੰਦਾ। ਸਥਾਨ ਨਹੀਂ ਬਣਾਇਆ ਆਪਦਾ ਕੋਈ? ਲੋਕ ਤਾਂ ਘਰ ਨਹੀਂ ਟਿਕਣਦੇ, ਸਥਾਨ ਤੇ ਟਿਕਣ ਦੇ ਦੇਣਗੇ? ਚੇਲੇ ਬਾਲਕ ਨਾਲ ਹੋਰ ਫੌਜ ਨਹੀਂ ਰੱਖੀ ਹੋਈ? ਚੇਲੇ ਨਹੀਂ ਹੈਗੇ, ਭਾਈ ਨੇ, ਭਾਈ ਨੇ, ਸਾਰੇ ਗੁਰ ਭਾਈ ਉਹ ਹੁੰਦੇ ਨੇ ਜਿਹੜੇ ਨਾਲ ਵਿਚਰਦੇ ਨੇ। ਤੁਸੀਂ ਸਿੱਖਾਂ ਨੂੰ ਬਹੁਤ ਵੱਡਾ ਹਾਲਾਂਕਿ ਦੋਸ਼ ਲਾਇਆ ਜਿਹੜੇ ਜਾ ਰਹੇ ਹੈ, ਜਿਹੜੀਆਂ ਇਹ ਥਾਵਾਂ ਖੁੱਲੀਆਂ ਸਿੱਖਾਂ ਦੇ ਹੀ ਮੁੰਡੇ ਜਿਹੜੇ ਅੱਜ ਜਾ ਕੇ ਕੋਈ ਸਾਈਂ ਦੇ ਨਾਂ ਤੋਂ ਪ੍ਰਚਾਰਿਆ ਜਾ ਰਿਹਾ ਕੋਈ, ਉਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ ਫਿਰ? ਜਿਹੜੇ ਇਹ ਮੈਨੂੰ ਬੋਲਦੇ ਨੇ ਇਹ ਨੇ। ਕੌਣ? ਜਿਹੜੇ ਮੈਨੂੰ ਗਲਤ ਬੋਲਦੇ ਨੇ ਇਹੀ ਜ਼ਿੰਮੇਵਾਰ ਨੇ, ਹੋਰ ਕੌਣ ਨੇ? ਗਲਤ ਕੌਣ ਬੋਲਦਾ ਤੁਹਾਨੂੰ? ਇਹ ਸਾਡੇ ਸਮਾਜ ਦੇ ਲੋਕ ਨੇ ਜਿਹੜੇ 47 ਦੇ ਬਾਅਦ ਵਾਲੇ ਸਿੱਖ ਨੇ, ਜਿਹੜੇ ਵੀਰਬਾਨ ਨੂੰ ਜਾ ਕੇ ਉੱਥੇ ਉਹੀ ਮਜ਼ਾਰ 'ਤੇ ਬੈਠਦੇ ਨੇ ਅਤੇ ਉਹੀ ਅੱਜ ਸ਼ਹੀਦਾਂ ਦੇ ਜਾ ਕੇ ਲੰਗਰ ਲਗਾਉਣ। ਤੁਹਾਡੇ ਮਗਰ ਉਹ ਪਏ ਹੋਏ? ਕੌਣ ਨੇ ਉਹ ਲੋਕ? ਧੂਣੀਆਂ ਤਾਂ ਉਹ ਵੀ ਲਾਉਂਦੇ ਆ ਫਿਰ? ਧੂਣੀ ਅਤੇ ਉਹਦੇ 'ਚ ਫਰਕ ਹੈ। ਕੀ ਫਰਕ ਹੈ? ਬਹੁਤ ਫਰਕ ਹੈ, ਸਮਝਾਓ। ਸਮਝ, ਉੱਥੇ ਕਬਰ 'ਤੇ ਬੈਠੇ ਨੇ, ਅਸੀਂ ਕਬਰ 'ਤੇ ਨਹੀਂ ਬੈਠਦੇ, ਅਸੀਂ ਚੰਡੀ ਪ੍ਰਚੰਡ ਕਰਦੇ ਹਾਂ, ਕਬਰਾਂ ਨੂੰ ਨਹੀਂ ਪੂਜਦੇ ਅਸੀਂ, ਅਸੀਂ ਆਪਣਾ ਧਰਮ ਨਹੀਂ ਬਦਲਿਆ, ਅਸੀਂ ਘੁੰਗਰੂ ਨਹੀਂ ਪਾਏ ਪੈਰਾਂ 'ਚ, ਅਸੀਂ ਆਪਣੇ ਨਾਮਾਂ ਦੇ ਨਾਲ ਸਾਈਂ ਨਹੀਂ ਲਾਇਆ, ਅਸੀਂ ਕੋਈ ਥੋਮਸ ਨਹੀਂ ਬਣੇ। ਇਹ ਉਹ ਇਹ ਇਹਨਾਂ ਨੂੰ ਬਣਾਉਣ ਵਾਲਾ ਕੌਣ ਆ? ਆਰ ਐੱਸ ਐੱਸ ਕਿ ਬੀਜੇਪੀ ਆ? ਇਹੀ ਲੋਕ ਨੇ, ਸਾਡੇ ਲੋਕ ਦੋਸ਼ੀ ਨੇ। ਇਹ ਕੀ ਪਾਇਆ ਗਲੇ 'ਚ ਤੁਸੀਂ? ਇਹ ਰੁਦਰਾਕਸ਼। ਇਹ ਰੁਦਰਾਕਸ਼ ਕਦੋਂ ਤੋਂ ਪਾਉਣ ਲੱਗੇ ਸਿੱਖ? ਹੁਣ ਇਹ ਵੀ ਤੁਸੀਂ ਕਹਿ ਨਾ ਦਿਆ ਜੇ ਗੁਰੂ ਸਾਹਿਬ ਪਾਉਂਦੇ ਸੀਗੇ ਰੁਦਰਾਕਸ਼। ਕਿਸੇ ਵੀ ਇਹ ਕਹਿ ਇਹ ਇਹਦੀ ਕੋਈ ਜਾਤ ਹੈ, ਇੱਕ ਬਨਸਪਤੀ ਆ, ਇੱਕ ਅੱਛੀ ਭਗਵਾਨ ਦੀ, ਇੱਕ ਇਹਦੇ ਨਾਲ ਹਿਸਟਰੀ ਜੁੜੀ ਆ। ਕਿਹੜੇ ਭਗਵਾਨ ਦੀ? ਸ਼ਿਵ ਭਗਵਾਨ ਦੀ। ਤੁਸੀਂ ਸ਼ਿਵ ਭਗਤ ਹੋ? ਸ਼ਿਵ ਭਗਵਾਨ ਹੀ ਆ। ਨਹੀਂ, ਸ਼ਿਵ ਭਗਵਾਨ ਤਾਂ ਹੈਗਾ, ਮੈਂ ਅਕਾਲ ਪੁਰਖ ਦਾ। ਸ਼ਿਵ ਭਗਤ ਮੈਂ ਅਕਾਲ ਪੁਰਖ ਦਾ, ਲੇਕਿਨ ਮੇਰਾ ਰਿਗਾਰਡ ਮੇਰੇ ਵਾਸਤੇ ਸ਼ਿਵ ਵੀ ਹੈ ਮੇਰੇ ਅੰਦਰ, ਅਤੇ ਮੇਰੇ ਨਾਲ ਬ੍ਰਹਮਾ ਵੀ ਹੈ ਅਤੇ ਵਿਸ਼ਨੂੰ ਵੀ ਹੈ ਮੇਰੇ ਅੰਦਰ, ਸਾਰੇ ਨੇ।
ਮੇਰੇ ਅੰਦਰ ਕੋਈ ਇਹੋ ਜਿਹਾ ਨਹੀਂ ਜਿਹੜਾ ਅੰਦਰ ਨਹੀਂ ਹੈ। ਉਹ ਤਾਂ ਠੀਕ ਹੈ, ਬਾਣੀ ਕਹਿੰਦੀ ਹੈ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਇੱਕੋ ਹੀ ਗੱਲ ਹੈ। ਉਹੀ ਕਹਿ ਰਹੇ ਹੋ ਨਾ ਤੁਸੀਂ, ਉਸੇ ਦੀ ਗੱਲ ਹੈ। ਕਿਸੇ ਮੇਰੇ ਪਿਆਰੇ ਨੇ ਮੈਨੂੰ ਪ੍ਰੇਮ ਕਰ, ਗੁਰੂ ਨਾਨਕ ਨੇ ਪਾਇਆ ਹੋਊਗਾ ਇਹ, ਜੇ ਕਿਤੇ ਮੈਂ ਨਾਲ ਰਿਹਾ ਹੁੰਦਾ ਨਾ, ਸਵਾਦ ਆ ਜਾਣਾ ਤਾਂ ਤੁਹਾਡੇ ਸਵਾਲ ਦਾ, ਸਵਾਦ ਆ ਜਾਣਾ ਤਾਂ ਫਿਰ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦੱਸਦਾ। ਕਿਤੇ ਫੀਲ ਕਰਕੇ ਦੇਖੋ, ਕਿਤੇ ਗੁਰੂ ਨਾਨਕ ਨੇ ਵੀ ਕਿਸੇ ਦੇ ਨੂੰ ਕਿਸੇ ਨੇ ਮਾੜਾ ਭੇਟ ਕਰੀ ਹੋਊਗੀ ਤਾਂ ਗੁਰੂ ਨਾਨਕ ਨੇ ਸਿੱਟੀ ਨਹੀਂ ਹੋਊਗੀ। ਸੋਚ ਕੇ ਬੋਲਿਓ ਜੋ ਬੋਲ ਰਹੇ ਹੋ। ਹਾਂ ਮੈਂ ਬਿਲਕੁਲ, ਪੂਰਾ ਪੂਰਾ ਪੰਥ ਸੁਣ ਰਿਹਾ, ਪੂਰੀ ਸੰਗਤ ਸੁਣ ਰਹੀ ਹੈ ਗੱਲ। ਜਦੋਂ ਮੱਕੇ ਗਏ, ਕੋਈ ਐਸਾ ਪ੍ਰਚਾਰ ਨਾ ਕਰ ਬੈਠੇ ਹੋ, ਗੱਲ ਨਾ ਕਹਿ ਬੈਠੇ ਹੋ ਜਿਹੜਾ ਬਾਅਦ ਪਛਤਾਵਾ ਹੋਵੇ। ਜਦੋਂ ਮੱਕੇ ਗਏ ਨੇ ਉਸ ਸਮੇਂ ਜੋ ਉੱਥੇ ਉਹਨਾਂ ਨੂੰ ਭੇਟ ਕਰਿਆ ਗਿਆ ਹੋਊਗਾ, ਸਿੱਖਾਂ ਨੇ ਤਾਂ ਨਹੀਂ ਕਰਿਆ ਹੈਗਾ। ਕਿੰਨਾ ਲੰਬਾ ਸਮਾਂ ਮਹਾਰਾਜ ਜੀ ਅਰਬ 'ਚ ਰਹੇ ਨੇ, ਉਹਨਾਂ ਦੇ ਨਾਲ ਉਸ ਸਮੇਂ ਕੌਣ ਵਿਚ ਰਹੇ ਨੇ? ਜਨੇਊ ਵੀ ਪਾ ਲੈਂਦੇ ਨਹੀਂ, ਜਨੇਊ ਸਿੱਖ ਨਹੀਂ ਪਾਉਂਦਾ ਹੈਗਾ, ਪੰਡਤ ਪਾਉਂਦਾ। ਹੋ ਸਕਦਾ ਤੁਸੀਂ ਉਹ ਵੀ ਧਾਰਨ ਕਰਕੇ ਕਹੋ ਕਿ ਪਹਿਲਾਂ ਸਾਡੇ ਇਤਿਹਾਸ 'ਚ ਹੈ 47 ਤੋਂ ਬਾਅਦ ਨਵੇਂ ਬਣੇ ਸਿੱਖਾਂ ਨੇ ਜਨੇਊ ਲਾ ਤਾ। ਦੇਖੋ ਇਹ ਇਹ ਕੋਈ ਅਥੈਂਟਿਕ ਗੱਲ ਨਹੀਂ, ਜਿਹੜੇ ਇਹ ਲੋਕ ਨੇ ਇਹ ਪਾ ਸਕਦੇ ਨੇ, ਜਿਹੜੇ ਘੁੰਗਰੂ ਪਾ ਸਕਦੇ ਨੇ। ਤੁਸੀਂ ਰੁਦਰਾਕਸ਼ ਪਾਈ ਫਿਰਦੇ ਹੋ, ਬਹੁਤ ਚੰਗੀ ਗੱਲ ਹੈ, ਫਾਇਦਾ ਦੱਸੋ ਇਹਦਾ ਕੀ ਹੈ। ਜਦੋਂ ਮੈਨੂੰ ਕਹਿੰਦੇ ਇਹ ਅੱਛੀ ਸੀਰਤੋਂ ਵਾਲੇ ਮੇਰੀ ਤਸਵੀ ਕੇ ਦਾਣੇ ਹੈ, ਸਾਹਮਣੇ ਸੇ ਗੁਜ਼ਰਤੇ ਹੈ, ਇਬਾਦਤ ਹੋਤੀ ਰਹਿਤੀ ਹੈ, ਇਹਨੂੰ ਦੇਖ ਕੇ ਜਦੋਂ ਟੱਚ ਕਰਦਾ ਹੈ ਉਹ ਰੱਬ ਯਾਦ ਆ ਜਾਂਦਾ, ਬੜਾ ਮਨ ਸਕੂਨ ਮਿਲਦਾ। ਉਹਦਾ ਸ਼ਿੰਗਾਰ ਆ, ਉਹਦੇ ਬਾਣੇ ਦਾ ਸ਼ਿੰਗਾਰ ਆ, ਮੇਰੇ ਬਾਜਾਂ ਵਾਲੇ ਦਾ। ਮੈਂ ਦੱਸ ਰਿਹਾ ਕਿ ਅੱਜ ਮੈਨੂੰ ਗੁਲਾਬ ਨਹੀਂ ਲੱਗੀ ਲਾਇਆ, ਮੈਨੂੰ ਇੱਦਾਂ ਲੱਗਦਾ ਜੇ ਮੇਰਾ ਦਿਨ ਨਹੀਂ ਚੜਿਆ। ਰਗੜਾ ਲਾਇਆ ਕਦੇ? ਆਮ ਲਾਉਂਦੇ ਨੇ ਰਗੜਾ, ਨਾ ਸਿੰਘ ਨੇ ਲਾਇਆ ਤਾਂ ਕੀ ਫਾਇਦਾ? ਨਹੀਂ ਤੁਸੀਂ ਅੱਜ ਲਾਇਆ? ਅੱਜ ਨਹੀਂ, ਅੱਜ ਮੌਕਾ ਨਹੀਂ ਮਿਲਿਆ? ਨਹੀਂ ਮਿਲਿਆ, ਨਹੀਂ ਤਾਂ ਦੋ ਦੇਗ ਤਾਂ ਚਾਹੀਦੀ ਆ ਸਿੰਘ ਨੂੰ, ਇੱਕ ਟਾਈਮ ਤਾਂ ਚਾਹੀਦੀ ਹੋ ਚਾਹੀਦੀ ਆ। ਆਪ ਘੋਟ ਲੈਂਦੇ ਹੋ? ਆਪ ਰਗੜਦੇ ਹਾਂ। ਰਗੜਦੇ ਹੋ ਕਿ ਸਿੰਘ ਰੱਖੇ ਉਹਦੇ ਵਾਸਤੇ? ਨਹੀਂ ਨਹੀਂ, ਖੁਦ ਵੀ ਸਿੰਘ ਵੀ ਰਗੜ ਲੈਂਦੇ, ਆਪਾਂ ਵੀ ਰਗੜ ਦਈਦਾ, ਆਪ ਜੀ ਨੂੰ ਛਕਾਵਾਂਗੇ ਕਿਸੇ ਦਿਨ, ਤੁਸੀਂ ਛਕਣ ਵਾਲੇ ਬਣੋ। ਬਹੁਤ ਧੰਨਵਾਦ। ਪਰ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਆਪਣੇ ਬਾਣੀ ਬਾਰੇ ਵਿਚਾਰ ਸਾਂਝੇ ਕਰਦੇ, ਪਰ ਕਿਉਂਕਿ ਅੱਜ ਤੁਹਾਡਾ ਮਸਲਾ ਉਹ ਹੈ ਕਿ ਜਿੱਥੇ ਤੁਹਾਨੂੰ ਸਵਾਲ ਇਹ ਹੋਏ ਕਿ ਤੁਸੀਂ ਰੇਪ ਕਰਤਾ, ਜਿੱਥੇ ਤੁਹਾਨੂੰ ਸਵਾਲ ਇਹ ਹੋ ਰਿਹਾ ਕਿ ਲੰਗਰ ਲਾਉਣ ਦੇ ਪਿੱਛੇ ਤੁਹਾਡਾ ਮਕਸਦ ਕੀ ਹੈ, ਤੁਹਾਡਾ ਅਧਿਆਤਮਕ ਪੱਖ ਹੈ ਜਿਹੜਾ ਉਹ ਅਸੀਂ ਨਹੀਂ ਜਾਣ ਸਕੇ, ਥੋੜ੍ਹਾ ਜਿਹਾ ਉਹਦੇ ਬਾਰੇ ਵੀ ਜ਼ਿਕਰ ਕਰ ਦਿਓ। ਕਿ ਮੈਂ ਇੱਕ ਬੜਾ ਘੱਟ ਸ਼ਬਦਾਂ 'ਚ ਕਹਾਂ ਕਿ ਮੈਂ ਇੱਕ ਦੁਨਿਆਵੀ ਕਿਰਤ ਕਰਨ ਵਾਲਾ ਇਨਸਾਨ ਹੈ। ਕੀ ਕਰਨ ਵਾਲਾ ਜੀ? ਕਿਰਤ ਕਰਦਾ। ਪਰ ਮੈਂ ਆਪਣੀ ਕਿਰਤ ਦੇ ਨਾਂ ਨਾਲ ਜਿੱਥੇ ਮੇਰੇ ਗੁਰੂ ਨਾਨਕ ਦੇ ਸਿੱਖ ਵੱਸਦਾ ਜਾਂ ਗੁਰੂ ਦੀ ਇਹ ਸਾਰੀ ਸੰਸਾਰ ਵੱਸਦਾ, ਉਹ ਗੁਰੂ ਨਾਨਕ ਦੇ ਉਸ ਬੂਟੇ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦਾ, ਉਹਨਾਂ ਦੇ ਫਲਸਫੇ ਨੂੰ ਅੱਗੇ ਲੈ ਕੇ ਜਾਂਦਾ ਸੇਵਾ ਭਾਵਨਾ ਦੇ ਨਾਲ। ਜਿਹੜੇ ਲੋਕ ਕਥਾ ਅਕਥ ਦੀ ਕਥਾ ਨੂੰ ਕਥਿਆ ਨਹੀਂ ਜਾ ਸਕਦਾ, ਗੁਰੂ ਨਾਨਕ ਤੋਂ ਵੱਡਾ ਦਿਮਾਗ ਕਿਸੇ ਕੋਲ ਨਹੀਂ ਹੈ। ਮੈਂ ਕਥਾ ਦੇ ਸਿਲਸਿਲੇ ਦੇ ਵਿੱਚ ਕਦੇ ਨਹੀਂ ਪਿਆ। ਕਾਰਨ ਕਿਹਾ? ਮੇਰਾ ਇੱਕੇ ਮਨ ਹੁੰਦਾ, ਸੇਵਾ ਸਿਮਰਨ। ਫਿਰ ਪ੍ਰਚਾਰ ਕਿਵੇਂ ਕਰਦੇ ਹੋ? ਬਾਣਾ ਹੀ ਆਪਣੇ ਆਪ 'ਚ ਪ੍ਰਚਾਰ ਹੈ। ਜਦੋਂ ਮੈਂ ਦੂਰ ਤੇ ਆਉਂਦਾ, ਕੱਲ ਇੱਕ ਇੰਟਰਵਿਊ ਸੁਣਿਆ, ਇੱਕ ਬੰਦੇ ਨੇ ਕਿਹਾ ਬਾਣਾ ਤਾਂ ਰਾਮ ਰਹੀਮ ਨੇ ਵੀ ਪਾ ਲਿਆ ਸੀ, ਨਕਲ ਕਰ ਲਈ ਸੀ। ਬਾਣਾ ਬਾਣਾ ਤਾਂ ਕੀ, ਬਾਣੇ ਪਾ ਕੇ ਲੋਕ ਖੌਤੀ ਲੋਕ ਤੁਰੇ ਫਿਰਦੇ? ਉਹਨੂੰ ਸ਼ਰਮ ਨਹੀਂ ਆਈ ਇਹ ਗੱਲ ਕਹਿੰਦੇ ਨੂੰ? ਤੁਹਾਡੇ ਬਾਰੇ ਕਹੀ ਹੈ ਉਸ ਇੱਕ ਪੰਜਾਬ ਦੇ ਟੀਵੀ ਉੱਤੇ, ਤੁਸੀਂ ਸੁਣੀ ਕਿ ਨਹੀਂ ਮੈਨੂੰ ਨਹੀਂ ਪਤਾ। ਦੇਖੋ ਪਤਾ ਕਾਰਨ ਕੀ ਹੈ, ਅਜਿਹੇ ਪਤਾ ਨਹੀਂ ਕਿੰਨੇ ਕੁ ਭੌਂਕਣ ਵਾਲੇ ਜਿਹਨਾਂ ਨੂੰ ਘਰੇ ਰੋਟੀ ਨਹੀਂ ਮਿਲਦੀ, ਠੀਕ ਹੈ, ਉਹ ਆ ਕੇ ਫੇਸਬੁੱਕ 'ਤੇ ਇਹ ਸੋਸ਼ਲ ਮੀਡੀਆ ਦੇ ਵਿਦਵਾਨ ਬਣ ਜਾਂਦੇ ਨੇ। ਰਾਮ ਰਹੀਮ ਦੇ ਨਾਲ ਉਹਦੀ ਰਿਸ਼ਤੇਦਾਰੀ ਹੋਊਗੀ,
ਜਿਹੜਾ ਗੁਰਬਾਣੀ 'ਚ ਰਾਮ ਸ਼ਬਦ ਵਰਤਿਆ ਗਿਆ ਉਹ ਭਗਵਾਨ ਰਾਮ ਬਾਰੇ ਵਰਤਿਆ ਗਿਆ ਜਾਂ ਉਸ ਅਕਾਲ ਪੁਰਖ ਬਾਰੇ ਵਰਤਿਆ? ਹਰ ਬੰਦਾ ਕਿਸੇ ਨੂੰ ਵਿਵਾਦ ਵਿੱਚ ਪਾਉਣ ਵਾਸਤੇ, ਹੁਣ ਗੁਰਬਾਣੀ ਦਾ ਇੱਕ ਸ਼ਬਦ ਹੈ ਜੀ, ਕਹਿੰਦੇ ਦੂਰੋਂ ਦੇਖ ਡੰਡੌਤ ਕਰ ਛਾੜ ਸਿੰਘਾਸਨ ਹਰ ਜੀ ਆਏ ਜੀ। ਹੁਣ ਇੱਥੇ ਜੇ ਅਸੀਂ ਕਹੀਏ ਸਿੱਧਾ ਸਿੱਧਾ ਲਿਖਿਆ ਕਿ ਸਿੰਘਾਸਨ ਛੱਡ ਕੇ ਕ੍ਰਿਸ਼ਨ ਜੀ ਮਹਾਰਾਜ ਬਾਰੇ ਲਿਖਿਆ ਇਹ, ਕਦੋਂ? ਜਦੋਂ ਸੁਦਾਮਾ ਜੀ ਮਿਲਣ ਗਏ ਵੀ ਆਪਣਾ ਸਿੰਘਾਸਨ ਛੱਡ ਕੇ ਉਹਨਾਂ ਨੂੰ ਲੈਣ ਆਏ ਨੇ, ਅੱਗੇ ਉਹਦੀ ਲੰਬੀ ਕਥਾ, ਉਹਦਾ ਪਾਠ ਕੀ ਆ? ਕਿਸੇ ਨੇ ਕਹਿਣਾ ਜੀ ਨਹੀਂ ਜੀ ਇਹ ਤਾਂ ਹਰ ਤੇ ਪਰਮਾਤਮਾ, ਉਹ ਕ੍ਰਿਸ਼ਨ ਪਰਮਾਤਮਾ ਹੀ ਸੀ ਕਿ ਮੈਨੂੰ ਤਾਂ ਕੋਈ ਫਰਕ ਨਹੀਂ ਨਜ਼ਰ ਆਉਂਦਾ, ਮੈਨੂੰ ਤਾਂ ਹਰ ਵਿੱਚ ਗੁਰੂ ਨਾਨਕ ਹੀ ਨਜ਼ਰ ਆਉਂਦਾ। ਜਿਹੜੇ ਲੋਕ ਸਾਡੇ ਅੰਗੇਜ਼ਡ ਬਹੁਤ ਸਾਰੇ ਪਲਾਂਟ ਕਰੇ ਜਾ ਰਹੇ ਨੇ, ਉਹ ਵੀ ਕਿਤੇ ਨਾ ਕਿਤੇ ਮੈਨੂੰ, ਮੈਂ ਉਹਨਾਂ ਨੂੰ ਕਦੇ ਕਿਤੇ ਇਸ ਤੋਂ ਪਹਿਲਾਂ ਕਦੇ ਮਾੜਾ ਨਹੀਂ ਬੋਲਿਆ। ਉਹ ਤਾਂ ਸਦੀਆਂ ਤੋਂ ਉਹਨਾਂ ਦਾ ਆਪਣਾ ਪਾਠ, ਉਹ ਆਪਣਾ ਕਰਮ ਕਰਦੇ ਨੇ ਕਿਉਂਕਿ ਉਹ ਵਿਹਲੇ ਨੇ। ਵਿਹਲਿਆਂ ਨੂੰ ਉਹਨਾਂ ਦੀ ਸਾਰਾ ਦਿਨ ਸੁਰਤੀ ਹਰਜੀਤ ਸਿੰਘ 'ਚ ਅਤੇ ਮੇਰੀ ਸੁਰਤੀ ਕਾਹਦੇ? ਮਹਾਰਾਜ ਦੇ ਕਿਰਪਾ ਦੇ ਨਾਲ ਆਪਣਾ ਅੱਗੇ ਆਪਣੇ। ਮੂਰਤੀ ਪੂਜਾ ਮੰਨਦੇ ਹੋ? ਭਗਤ ਧੰਨਾ ਜੀ ਨੇ ਪੱਥਰ 'ਚੋਂ ਪਾਇਆ, ਕਿਆ ਮੂਰਤੀ 'ਚੋਂ ਨਹੀਂ ਮਿਲ ਸਕਦਾ? ਨਹੀਂ ਮੈਂ ਤਾਂ ਪੁੱਛ ਰਿਹਾ, ਤੁਸੀਂ ਵਿਸ਼ਵਾਸ ਕਰਦੇ ਹੋ ਮੂਰਤੀ ਪੂਜਾ? ਜਿਹੜੇ ਲੋਕ ਉਹਨੂੰ ਰੱਬ ਵਾਂਗ ਪੂਜਦੇ ਨੇ ਉਹਨਾਂ ਦੀ ਆਪਣੀ ਆਸਥਾ ਹੈ? ਨਹੀਂ ਨਹੀਂ ਉਹਨਾਂ ਨੂੰ ਤਾਂ ਮੈਂ ਕੁਛ ਨਹੀਂ ਕਹਿ ਰਿਹਾ, ਨਾ ਸਵਾਲ ਕਰ ਰਿਹਾ ਨਾ ਪੁੱਛ ਰਿਹਾ। ਉਹਦੇ 'ਚ ਤਾਂ ਅਸੀਂ ਉਹਨਾਂ ਦੇ, ਜੇ ਉਹ ਨਤਮਸਤਕ ਹੁੰਦੇ ਨੇ ਅਸੀਂ ਸਤਿਕਾਰ ਕਰਦੇ ਹਾਂ, ਆਪਾਂ ਉਹਨਾਂ, ਪਰ ਮੈਂ ਤਾਂ ਤੁਹਾਨੂੰ ਪੁੱਛ ਰਿਹਾ। ਜਿੰਨੇ ਰੂਪ ਧਰਤੀ 'ਤੇ ਬਣਾਏ ਨੇ, ਜਿੰਨੇ ਰੂਪ ਧਰਤੀ 'ਤੇ ਬਣਾਏ ਨੇ ਉਹ ਸਾਰੇ ਹੀ ਪਰਮੇਸ਼ਵਰ ਦੇ ਹੀ ਰੂਪ ਨੇ। ਸਾਡੇ ਫਿੰਗਰਪ੍ਰਿੰਟਸ ਮਿਲਦੇ ਆ ਕਿ ਨਹੀਂ ਮਿਲਦੇ ਆਪਸ ਵਿੱਚ? ਨਾ ਨਹੀਂ ਮਿਲਦੇ। ਕਿਉਂ ਨਹੀਂ ਮਿਲਦੇ? ਕਿਉਂਕਿ ਸਾਰੇ ਰੂਪ ਡਿਫਰੈਂਟ ਡਿਫਰੈਂਟ ਪ੍ਰੈਜੈਂਟ ਕੀਤੇ ਨੇ। 8 ਅਰਬ ਆਬਾਦੀ ਹੈ, ਇਹਦਾ ਮਤਲਬ ਮੇਰਾ ਤਾਂ ਸਿੰਪਲ ਜਿਹਾ ਸਵਾਲ ਹੈ, ਸਿੰਪਲ ਜਿਹੀ ਗੱਲ। ਤੁਸੀਂ ਮੂਰਤੀ ਪੂਜਾ 'ਚ ਭਰੋਸਾ ਰੱਖਦੇ ਹੋ? ਮੈਂ ਤਾਂ ਇਹ ਹਾਂ, ਤੁਸੀਂ ਰੱਬ ਦੀ ਮੂਰਤੀ ਹੋ ਕਿ ਨਹੀਂ ਹੈ? ਤਾਂ ਇਹ ਜਿਹੜੀ ਮੂਰਤੀ ਹੈ, ਮੈਂ ਪੱਥਰ ਦੀ ਮੂਰਤੀ ਨਹੀਂ ਨਾ। ਤੁਸੀਂ ਪੱਥਰ ਕਿਹਨੇ ਬਣਾਇਆ? ਪੱਥਰ ਇੱਕ ਜੂਨੀ ਹੈ, ਉਹਦੇ 'ਚ ਪਰਮੇਸ਼ਵਰ ਨਹੀਂ ਹੈ? ਮੈਂ ਪੱਥਰ ਦੀ ਮੂਰਤੀ ਥੋੜ੍ਹੀ ਹਾਂ। ਜੇ ਅਗਰ ਪੱਥਰ ਦੀ ਮੂਰਤੀ ਦੇ ਵਿੱਚ ਕਿਆ ਪਰਮੇਸ਼ਵਰ ਨਹੀਂ ਹੈ? ਜਿਆਦਾ 5 ਤੱਤਾਂ 'ਚ ਵਿਲੀਨ ਹੋ ਜਾਣਾ, ਜਦੋਂ ਜਿੱਦਾਂ ਪਟਾਕਾ ਬੋਲ ਗਿਆ, ਉਹ ਜਿੱਥੇ ਹਵਾ ਦਾ ਹਵਾ, ਪਾਣੀ ਦਾ ਪਾਣੀ, ਮਿੱਟੀ ਦੀ ਮਿੱਟੀ ਹੋ ਜਾਣੀ ਹੈ। ਮਿੱਟੀ ਇੱਕ ਪੱਥਰ ਦਾ ਹੀ ਹੰਸ਼ ਹੈ, ਆਪਾਂ ਪੱਥਰ ਤੋਂ ਹੀ ਸਾਰੇ ਬਣੇ ਹਾਂ। ਸ਼ਬਦ ਗੁਰੂ ਨੂੰ ਮੰਨਦੇ ਹੋ ਕਿ ਮੂਰਤੀ ਨੂੰ ਮੰਨਦੇ ਹੋ? ਮੈਂ ਤਾਂ ਇਹ ਪੁੱਛ ਰਿਹਾ ਤੁਹਾਨੂੰ। ਮੈਂ ਦੋਨਾਂ ਨੂੰ ਹੀ ਮੰਨ ਲੈਂਦਾ। ਫਿਰ ਇਹੀ ਸਵਾਲ ਸੀ ਮੇਰਾ ਕਿ ਤੁਸੀਂ ਮੰਨਦੇ ਕਿਹਨੂੰ? ਦੋਨਾਂ ਨੂੰ ਹੀ ਮੰਨ ਲੈਂਦਾ। ਮੈਂ ਤਾਂ ਮੂਰਤੀ, ਇਹ ਤਾਂ ਕਿਹਾ ਹੀ ਨਹੀਂ ਕਿ ਨਹੀਂ ਮੰਨੋ ਜਾਂ ਮੰਨੋ, ਮੈਂ ਤਾਂ ਪੁੱਛ ਰਿਹਾ ਕਿ ਤੁਸੀਂ ਗੁਰੂ ਨਾਨਕ ਦੇ ਸਿੱਖੋ ਤਾਂ ਤੁਸੀਂ ਕਾਹਦੇ 'ਚ ਮੰਨਦੇ? ਉਹਦੀ ਜਿੱਥੇ ਮੂਰਤ ਆ, ਆਹ ਗੁਰੂ ਨਾਨਕ ਦੀ ਮੂਰਤ, ਮੈਂ ਇਹਨੂੰ ਵੀ ਸਿਰ ਚੁਕਾਨਾ, ਮੈਂ ਇਹਨੂੰ ਵੀ ਸਿਰ ਚੁਕਾਨਾ। ਇਹ ਤਾਂ ਭਗੌਤੀ ਹੈ, ਇਹਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਪ੍ਰਥਮ ਭਗੌਤੀ ਸਿਮਰਕ ਹੈ। ਹੁਣ ਪੂਰਾ ਇਸ ਆਹ ਇੱਕ ਸਰੂਪ ਸਤਿਗੁਰਾਂ ਦਾ ਪਿਆ, ਜੇ ਉੱਦਾਂ ਕਹੀਏ ਤਾਂ ਇੱਕ ਫੋਟੋ ਆ, ਲੇਕਿਨ ਫੋਟੋ ਨੂੰ ਵੀ ਮੱਥਾ ਟੇਕਦੇ? ਮੈਂ ਬਿਲਕੁਲ ਟੇਕਦਾ, ਮੈਂ ਡੰਡੌਤ ਕਰਦਾ ਯਾਰ ਇਹਨਾਂ ਨੂੰ। ਜਿੱਥੇ ਸਾਡੇ ਗੁਰੂ ਦੀ, ਜਿੱਥੇ ਰੱਬ ਦੀ ਗੱਲ ਹੋਵੇ ਤਾਂ ਉਹਨੂੰ ਸਿਜਦਾ ਕਰ ਦੇਣਾ ਚਾਹੀਦਾ। ਤੇ ਇਹ ਸ਼ਬਦ ਗੁਰੂ ਨੂੰ ਕਿੱਥੇ ਰੱਖਦੇ ਹੋ ਫਿਰ? ਸ਼ਬਦ ਨੂੰ ਆਪਣੇ ਅੰਦਰ ਲੈ ਕੇ ਆਪਣੇ ਜੀਵਨ ਨੂੰ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਤਾਂ ਪਵਨ ਵੀ ਗੁਰੂ ਆ, ਪਵਨ ਵੀ ਤਾਂ ਗੁਰੂ ਆ, ਹਵਾ ਗੁਰੂ ਆ, ਹਵਾ ਨੂੰ ਕਿੱਥੇ ਰੱਖੋਗੇ ਤੁਸੀਂ? ਹਰ ਇੱਕ ਸ਼ਬਦ ਨੂੰ, ਇੱਕ ਸ਼ਬਦ ਨੂੰ ਲੈ ਕੇ ਪੂਰੇ ਬ੍ਰਹਿਮੰਡ ਦੀ ਖੋਜਿਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਕਦੇ? ਕੀ ਬਾਤ ਹੈ, ਸਵਾਲ ਇਹ ਸੁਣ ਕੇ ਸਵਾਦ ਆ ਗਿਆ। ਕਿਸੇ ਨੇ ਕਰਾਈ ਫੋਨ ਤੇ ਗੱਲ ਕਰਾਈ ਤੁਹਾਨੂੰ? ਮੈਂ ਕਹਿੰਦਾ ਥੋੜਾ ਜਾਂ ਅਮਿਤ ਸ਼ਾਹ ਜੀ ਨਾਲ ਤੁਹਾਡੇ ਮੂੰਹ ਕੀ ਸ਼ੱਕਰ ਹੈ? ਮਿਲਣਾ ਚਾਹੁੰਦੇ ਹੋ ਤੁਸੀਂ? ਕਹ ਤੁਸੀਂ ਮਿਲੋਗੇ ਤੁਸੀਂ ਜਵਾਬ ਦੋਗੇ? ਮੈਂ ਨਹੀਂ ਮਿਲੂੰਗਾ, ਮੈਂ ਇੰਟਰਵਿਊ ਕਰਨਾ ਚਾਹੁੰਦਾ ਜੇ ਉਹ ਦੇਣਗੇ ਤਾਂ। ਮੈਂ ਆਪਣੇ ਦੇਸ਼ ਦਾ ਕੋਈ ਵੀ ਪ੍ਰਧਾਨ ਮੰਤਰੀ ਹੋ, ਮੈਂ ਉਹਦਾ ਸਤਿਕਾਰ ਕਰਦਾ।
ਮੈਂ ਤਾਂ ਸਤਿਕਾਰ ਤਾਂ ਮੈਂ ਵੀ ਕਰਦਾ ਪਰ ਮੈਂ ਸਵਾਲ ਕਰਨੇ ਚਾਹੁੰਦਾ ਮੈਂ ਸਵਾਲ ਜਿਵੇਂ ਤੁਹਾਨੂੰ ਕਰ ਰਿਹਾ ਉਹਨਾਂ ਨੂੰ ਸਵਾਲ ਕਰਨੇ ਚਾਹੁੰਦਾ ਕਿਉਂਕਿ ਤੁਸੀਂ ਇੱਕ ਤੁਹਾਡਾ ਇੱਕ ਜਰਨਲਿਸਟ ਦਾ ਪਾਰਟ ਤੁਸੀਂ ਉਸ ਐਂਗਲ ਨਾਲ ਦੇਖਦੇ ਆ ਆਪਾਂ ਇੱਕ ਗੁਰੂ ਦੇ ਸਿੱਖ ਨਹੀਂ ਤੁਹਾਨੂੰ ਉਸ ਜਦੋਂ ਤੁਸੀਂ ਐਲਾਨ ਕੀਤਾ ਕਿ ਲੰਗਰ ਲਾਵਾਂਗੇ ਜ਼ਾਹਿਰ ਜੀ ਗੱਲ ਹੈ ਕਿ ਕਮੇਟੀ ਨੇ ਤੁਹਾਨੂੰ ਅਲਾਓ ਕੀਤਾ ਹੋਣਾ ਉਸ ਤੋਂ ਬਾਅਦ ਹੀ ਤੁਸੀਂ ਮੈਂ ਪਹਿਲਾਂ ਕਮੇਟੀ ਨੂੰ ਉੱਥੇ ਆਲਰੇਡੀ ਪਹਿਲੀ ਵਾਰ ਨਹੀਂ ਗਿਆ ਜਿਹੜੇ ਲੋਕ ਮੈਨੂੰ ਪੁੱਛਦੇ ਨਾ ਅਯੋਧਿਆ ਅੱਜ ਵੀ ਅਯੋਧਿਆ ਸੀਗੇ ਸਵੇਰੇ ਤੁਸੀਂ ਮੈਂ ਆਪਦੇ ਕੱਪੜੇ ਵੀ ਨਹੀਂ ਚੇਂਜ ਕਰੇ ਕੱਲ੍ਹ ਵਾਲੇ ਨੇ ਜਦੋਂ ਉੱਥੇ ਤੇ ਮੈਂ ਆਇਆ ਉਸ ਤੋਂ ਪਹਿਲਾਂ ਵੀ ਇਹਨਾਂ ਨੂੰ ਇਹ ਨਹੀਂ ਪਤਾ ਇਹਨੂੰ ਪੁੱਛੋ ਵੀ ਅਯੋਧਿਆ ਹੈ ਕਿੱਥੇ ਹੈ ਧਰਤੀ ਤੇ ਅੱਧਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਹਦੀ ਡਾਇਰੈਕਸ਼ਨ ਕਿਹੜੀ ਵਿੱਚ ਹੈ ਮਾਰਦੇ ਜਿਹੜੇ ਇਹ ਗੱਲਾਂ ਸੋ ਉੱਥੇ ਅਯੋਧਿਆ ਦੇ ਪਹਿਲਾਂ ਰਾਮ ਭੂਮੀ ਇੱਕ ਟਰੱਸਟ ਹੈ ਉਸ ਟਰੱਸਟ ਨੂੰ ਲਿਖਤੀ ਰੂਪ ਦੇ ਵਿੱਚ ਦੇਣਾ ਪੈਣਾ ਸੀ ਲੈਟਰ ਫਿਰ ਉੱਥੇ ਜਮ੍ਹਾਂ ਸਾਨੂੰ ਜਗ੍ਹਾ ਅਲੋਟ ਹੋ ਗਈ ਤੁਹਾਨੂੰ ਤੁਹਾਡੀਆਂ ਸੀਸਾਂ ਨਾਲ ਬਹੁਤ ਬੜੀ ਕਿਰਪਾ ਕੀਤੀ ਕਲਗੀਆਂ ਮੈਂ ਹੁਣ ਫਿਰ ਕਿਸੇ ਲੀਡਰ ਦਾ ਫੋਨ ਨਹੀਂ ਆਇਆ ਤੁਹਾਨੂੰ ਬੀਜੇਪੀ ਮੇਰਾ ਬਾਬਾ ਹਰਜੀਤ ਸਿੰਘ ਜੀ ਬਹੁਤ ਮੁਬਾਰਕਾਂ ਨਹੀਂ ਨਹੀਂ ਜਿਹੜੇ ਏਜੰਡੇ ਤੇ ਤੁਹਾਨੂੰ ਲਾਇਆ ਸੀ ਉਹ ਕੰਮ ਪੂਰਾ ਕਰਤਾ ਤੁਸੀਂ ਮੈਂ ਕਿਸੇ ਦਾ ਇਹ ਤੁਹਾਡੇ ਸ਼ਬਦ ਗਲਤ ਨੇ ਏਦਾਂ ਨਾ ਪ੍ਰੈਜੈਂਟ ਕਰੋ ਏਦਾਂ ਕਾਰਨ ਕੀ ਹੈਗਾ ਕਿ ਜਿਹੜੇ ਲੋਕ ਕਹਿੰਦੇ ਕਿ ਮੈਨੂੰ ਜੇ ਗਲਤ ਕੀ ਹੈ ਇਹਦੇ ਚ ਜੇ ਬੀਜੇਪੀ ਨਾਲ ਤੁਹਾਡੇ ਸੰਬੰਧ ਹੋਣੇ ਦੇ ਚ ਗਲਤ ਹੈ ਮੈਨੂੰ ਇੱਕ ਗੱਲ ਦੱਸੋ ਮੈਂ ਤਾਂ ਪੁੱਛ ਰਿਹਾ ਬਾਬਾ ਜੀ ਨਹੀਂ ਨਹੀਂ ਮੈਂ ਹੈ ਹੀ ਨਹੀਂ ਜੇ ਹੁਣ ਤਾਂ ਫਿਰ ਕਿਆ ਗੱਲ ਆ ਮੈਨੂੰ ਝੂਠ ਬੋਲਣ ਦੀ ਆਦਤ ਹੀ ਨਹੀਂ ਹੈਗੀ ਜੋ ਗੱਲ ਠੱਕ ਦੇ ਕੇ ਮੂੰਹ ਤੇ ਚੰਗੀ ਲੱਗੇ ਨਾ ਲੱਗੇ ਨੋ ਇਸ਼ੂ ਇੰਨੇ ਵਿਰੋਧ ਦਾ ਵਿਰੋਧ ਹੋ ਰਿਹਾ ਜਿਹੜਾ ਮਨ ਦੁਖਿਆ ਤੁਹਾਡਾ ਬਹੁਤ ਖੁਸ਼ ਹਾਂ ਮੈਂ ਖੁਸ਼ ਹੋ ਕਿਉਂਕਿ ਮੇਰੇ ਪਾਪ ਧੋ ਰਹੇ ਨੇ ਵਿਰੋਧ ਕਰਕੇ ਬਹੁਤ ਖੁਸ਼ ਉਹ ਜਿਹੜੀ ਮਾਤਾ ਇੰਟਰਵਿਊਆਂ ਦੇ ਰਹੀ ਹੈ ਬੀਬੀ ਮੈਂ ਉਹਨੂੰ ਅੱਜ ਤੇ ਪਹਿਲਾਂ ਕਦੇ ਮਾੜਾ ਨਹੀਂ ਕਿਹਾ ਉਹਦਾ ਬਹੁਤ ਸਾਰਾ ਆਲਰੇਡੀ ਉਹ ਕੈਂਸਲ ਹੈ ਉਹਦੇ ਅੰਗੇਸਟ ਮੈਂ ਕੋਰਟ ਦੇ ਵਿੱਚ ਵੀ ਬਹੁਤ ਸਾਰਾ ਹੋਰ ਉਹਦਾ ਅਸ਼ਲੀਲ ਉਹਦੀਆਂ ਪਿਕਸ ਨੇ ਜਿਹੜੀਆਂ ਕਿਸੇ ਹੋਰ ਦੇ ਨਾਲ ਨੇ ਉਹ ਕੋਰਟ 'ਚ ਲੱਗੀਆਂ ਹੋਈਆਂ ਨੇ ਮੈਂ ਪਰ ਕਿਸੇ ਦਾ ਘਰ ਉਸ ਬੰਦੇ ਦਾ ਵੀ ਉਜਾੜਨਾ ਨਹੀਂ ਚਾਹੁੰਦਾ ਮੈਂ ਗੁਰੂ ਦਾ ਸਿੱਖ ਹੈ ਮੈਂ ਨਿੰਦਿਆ ਨਹੀਂ ਕਿਸੇ ਦੀ ਗੱਲ ਉਹਨਾਂ ਨੇ ਜੋ ਕੀਤਾ ਮੇਰੇ ਨਾਲ ਉਹਨਾਂ ਨੇ ਕਰਮ ਕੀਤਾ ਅਗਰ ਮੈਂ ਹੀ ਉਹਨਾਂ ਦੇ ਬਰਾਬਰ ਕੰਮ ਕਰਦਾ ਲੋਕ ਕਹਿੰਦੇ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਕਿਉਂ ਬੋਲਣਾ ਚਾਹੀਦਾ ਮੈਂ ਗੁਰੂ ਦਾ ਸਿੱਖ ਹਾਂ ਮੈਂ ਉਹਨਾਂ ਵਰਗਾ ਨਹੀਂ ਹੋ ਸਕਦਾ ਕਮੈਂਟਾਂ 'ਚ ਲੋਕ ਗਾਲਾਂ ਕੱਢੀ ਜਾਂਦੇ ਤੁਹਾਨੂੰ ਪੜ੍ਹੇ ਕਦੇ ਉਹਦਾ ਕਾਰਨ ਆ ਜਿਹੜੇ ਕਮੈਂਟਾਂ 'ਚ ਮੈਨੂੰ ਗਾਲਾਂ ਕੱਢਦੇ ਉਹ ਆਪਣੀਆਂ ਭੈਣਾਂ ਨੂੰ ਵੀ ਕੱਢ ਸਕਦੇ ਮਾਵਾਂ ਨੂੰ ਵੀ ਕੱਢ ਸਕਦੇ ਕਿਸੇ ਦੇ ਨਹੀਂ ਹੈਗੇ ਗੁੱਸਾ ਹੈ ਤੁਹਾਨੂੰ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਕ੍ਰੋਧ ਨਹੀਂ ਆਉਂਦਾ ਜਿਸ ਕ੍ਰੋਧ ਆਉਂਦਾ ਉਹ ਕਾਹਦੀਆਂ ਉਹ ਬੀਬੀ ਕਹਿੰਦੀ ਕਿ ਬਾਬਾ ਜੀ ਕਹਿੰਦੇ ਇਕੱਲੀ ਕਿਰਪਾਨ ਰੱਖੀ ਨਹੀਂ ਚਲਾਉਣੀ ਵੀ ਆਉਂਦੀ ਹੈ ਘੋੜਾ ਵੀ ਦੱਬ ਦਿੰਦੇ ਆ ਦੇਖੋ ਕਿਰਪਾਨ ਦਾ ਕੰਮ ਹੀ ਕੀ ਆ ਠੀਕ ਹੈ ਮੈਂ ਕਾਨੂੰਨ ਤੇ ਕਦੇ ਬਾਹਰ ਨਹੀਂ ਜਾਂਦਾ ਨਹੀਂ ਕ੍ਰੋਧ ਚ ਆ ਕੇ ਕਦੇ ਜੀ ਕੀਤਾ ਵੀ ਜੇ ਕੋਈ ਹੁਣ ਮੇਰੇ ਖਿਲਾਫ਼ ਚੱਲੂਗਾ ਤਾਂ ਮਾਰ ਦੂੰਗਾ ਜੇ ਕੋਈ ਦੇਸ਼ ਦੇ ਖਿਲਾਫ਼ ਚੱਲੇ ਕੌਮ ਦੇ ਖਿਲਾਫ਼ ਤਾਂ ਮੈਂ ਕਰ ਸਕਦਾ ਇਹ ਕਿਹਨੇ ਦੱਸਿਆ ਦੇਸ਼ ਵਾਲੀ ਲਾਈਨ ਦੇਸ਼ ਕਿਹੜਾ ਹੈ ਤੁਹਾਡਾ ਸਾਡਾ ਮੈਂ ਸ਼ੁਰੂ ਤੋਂ ਇੱਥੇ ਜੰਮਿਆ ਮੈਂ ਪਾਕਿਸਤਾਨ ਤੇ ਥੋੜ੍ਹੀ ਆ ਸ਼ਰਨਾਰਥੀ ਨਹੀਂ ਹੈਗਾ ਵੀ ਜੀ ਮੈਂ ਇੱਥੇ ਗੁਰੂ ਸਾਹਿਬ ਦਾ ਜਨਮ ਉੱਥੇ ਹੋਇਆ ਨਨਕਾਣਾ ਸਾਹਿਬ ਦੀ ਧਰਤੀ ਕਰਤਾਰਪੁਰ ਸਾਹਿਬ ਉੱਥੇ ਹੈ ਠੀਕ ਹੈ ਤੁਹਾਡੀ ਗੱਲ ਪੰਜਾ ਸਾਹਿਬ ਉੱਥੇ ਹੈ ਮੈਨੂੰ ਮੈਂ ਕਹਿੰਦਾ ਠੀਕ ਹੈ ਨਫ਼ਰਤ ਚੌਥੀ ਪਾਤਸ਼ਾਹੀ ਦਾ ਜਨਮ ਸਥਾਨ ਮੈਂ ਤੁਹਾਨੂੰ ਕਿਹਾ ਪਿਆਰ ਅਸਥਾਨ ਨਾਲ ਪਿਆਰ ਆ ਤੁਸੀਂ ਪਾਕਿਸਤਾਨ ਦੀ ਗੱਲ ਕਰੀ ਆ ਹੈ ਤਾਂ ਪਾਕਿਸਤਾਨ 'ਚ ਹੀ ਉਹ ਜਦੋਂ ਸਾਡੇ ਇੱਧਰ ਆ ਕੇ ਸਾਡੇ ਲੋਕਾਂ ਨੂੰ ਮਾਰਦੇ ਨੇ ਸਾਡੇ ਆਰਮੀ ਵਾਲੇ ਤੁਸੀਂ ਪਿੱਛੇ ਦੇਖਿਆ ਇੱਕ ਬੱਚੇ ਕਿੰਨੇ ਛੋਟੇ ਛੋਟਿਆਂ ਦੇ ਨਾਲ ਹੈ ਉਦੋਂ ਤੁਹਾਨੂੰ ਉਹਨਾਂ ਨਾਲ ਪਿਆਰ ਆਉਂਦਾ ਮੈਨੂੰ ਤਾਂ ਉਸ ਮੁਲਕ ਨਾਲ ਵੀ ਪਿਆਰ ਹੈ ਮੈਨੂੰ ਗੁਰੂ ਸਾਹਿਬ ਦੀ ਧਰਤੀ ਨਾਲ ਵੀ ਪਿਆਰ ਹੈ ਮੈਨੂੰ ਆਪਦੇ ਮੁਲਕ ਨਾਲ ਵੀ ਪਿਆਰ ਮੈਨੂੰ ਤਾਂ ਇਸ ਤਾਂ ਮੈਨੂੰ ਪੂਰੀ ਦੁਨੀਆ ਨਾਲ ਪਿਆਰ ਹੈ ਨਹੀਂ ਪਿਆਰ ਦੀ ਗੱਲ ਨਹੀਂ ਫਿਰ ਜਿਹੜੇ ਉਹ ਆ ਕੇ ਮਾਰਦੇ ਨੇ ਉਹ ਚੰਗੀ ਗੱਲ ਹੈ ਇਹ ਤਾਂ ਕੂਟਨੀਤਿਕ ਗੱਲਾਂ ਨੇ ਕੂਟਨੀਤਿਕ ਗੱਲਾਂ ਫਿਰ ਤੁਹਾਨੂੰ ਵੀ ਤਾਂ ਇਹਦੇ ਬਾਰੇ ਤੁਸੀਂ ਜਰਨਲਿਸਟ ਹੈ ਤੁਹਾਡੇ ਆਪਣੇ ਵਿਊ ਵੀ ਤਾਂ ਤੁਸੀਂ ਕਿਹੜੇ ਦੂਰੀ ਦੁਨੀਆ ਦੇ ਲੋਕ ਮੈਂ ਤਾਂ ਹਿਊਮਨ ਰਾਈਟਸ 'ਚ ਬਿਲੀਵ ਕਰਨ ਵਾਲਾ ਬੰਦਾ ਯੂਐਨ ਕਾਹਦੇ ਵਾਸਤੇ ਬਣਾਈ ਹੈ ਹਿਊਮਨ ਰਾਈਟਸ ਦੀ ਗੱਲ ਕਰਦਾ ਮੈਂ ਹਿਊਮਨ ਰਾਈਟਸ ਤਾਂ ਤੁਸੀਂ ਮੇਰੇ ਪੱਖ 'ਚ ਬੋਲੋ ਨਾ ਕਿ ਉਹ ਔਰਤ ਜਿਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ ਨੇ ਤੁਸੀਂ ਪੰਥਕ ਹੋ ਨਾ ਮੈਂ ਤਾਂ ਮੈਂ ਅੱਛਾ ਪੰਥਕ ਹਿਊਮਨ ਰਾਈਟਸ 'ਚ ਨਹੀਂ ਆਉਂਦੇ ਨਹੀਂ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜੇ ਔਰਤ ਨੇ ਇਲਜ਼ਾਮ ਲਾਏ ਆ ਤੁਸੀਂ ਆਪ ਇਹਦੀ
ਸਪਸ਼ਟੀਕਰਨ ਦਿੱਤਾ ਕਿ ਉਹ ਕੋਰਟ ਦੇ ਵਿੱਚ ਕੈਂਸਲੇਸ਼ਨ ਉਹਦੀ ਪੈ ਚੁੱਕੀ ਹੈ ਔਰ ਅਸੀਂ ਇਹ ਗੱਲ ਲੋਕਾਂ ਤੱਕ ਰੱਖ ਰਹੇ ਹਾਂ ਜਿਹੜੇ ਉਹ ਔਰ ਉਸ ਔਰਤ ਨੂੰ ਵੀ ਅਸੀਂ ਸਵਾਲ ਕਰਾਂਗੇ ਕਿ ਜਦੋਂ ਕੈਂਸਲੇਸ਼ਨ ਪੈ ਗਈ ਤਾਂ ਅੱਜ ਦੁਬਾਰਾ ਇਹ ਸਵਾਲ ਕਰਨ ਦਾ ਕੀ ਮਤਲਬ ਬਣਦਾ? ਉਹ ਤਾਂ ਸਿਰਫ ਜਿਹੜੇ ਵਿਚਾਰੇ ਭੁੱਖੇ ਨੰਗੇ ਲੋਕ ਨਾਲ ਤੁਰੇ ਫਿਰਦੇ ਨਾ, ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਮੈਨੂੰ ਪਿੱਛੇ ਕੌਣ ਨੇ ਉਹ ਕਹਿਣ ਮੂੰਹ ਗੰਦਾ ਕਰਨਾ, ਤੁਹਾਡੇ ਲੈਵਲ ਦੇ ਨਹੀਂ ਹੈਗੇ ਉਹ, ਤੁਹਾਨੂੰ ਪਤਾ ਹੀ ਆ ਕੋਈ ਮੀਡੀਆ ਵਾਲਾ। ਫਿਰ ਮੈਨੂੰ ਮੂਸੇ ਵਾਲੇ ਦਾ ਗਾਣਾ ਯਾਦ ਆਉਣਾ, ਜਿਹਨਾਂ ਨਾਲ ਕੰਪੇਅਰ ਕਰੇ ਲੈਵਲ ਦੇ ਨਹੀਂ ਹੈਗੇ। ਬਹੁਤ ਧੰਨਵਾਦ ਬਾਬਾ ਜੀ, ਤੁਸੀਂ ਖੁੱਲ੍ਹ ਕੇ ਗੱਲਾਂ ਕੀਤੀਆਂ ਔਰ ਇੰਨਾ ਸਮਾਂ ਦਿੱਤਾ ਸਾਨੂੰ। ਨਹੀਂ, ਤੁਹਾਡਾ ਧੰਨਵਾਦ ਹੈ ਕਿ ਕਾਰਨ ਕੀ ਹੈ, ਸੱਚ ਦੀ ਆਵਾਜ਼ ਨੂੰ ਤੁਸੀਂ ਹਮੇਸ਼ਾ ਲੈ ਕੇ ਚੱਲਦੇ ਹੋ, ਅਤੇ ਮੈਂ ਕਹੂੰਗਾ ਤੁਸੀਂ ਨਿਰਪੱਖ ਹੋ ਕੇ, ਬਿਲਕੁਲ ਕੋਈ ਇਹ ਨਹੀਂ ਹੈ ਕਿ ਮੇਰੇ ਬਾਣੇ ਦੀ ਗੱਲ ਕਰ ਰਹੇ, ਬਾਣਾ ਪਰਮੇਸ਼ਰ ਦਾ ਹੈਗਾ, ਜਦੋਂ ਗੁਰੂ ਸਾਹਿਬ ਆਪਣੇ ਭਗਤਾਂ ਦੀ ਆਪ ਹੀ ਰੱਖਦਾ ਆਇਆ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਮੈਂ ਆਪਣੀ ਜ਼ਿੰਦਗੀ 'ਚ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਦੇਖਦਾ, ਅਤੇ ਇਕੱਲਾ ਜਦੋਂ ਅਯੋਧਿਆ ਨੂੰ ਮੈਂ ਆ ਰਿਹਾ ਸੀ ਨਾ, ਦੋ ਜਣੇ ਸੀਗੇ, ਬਾਕੀ ਟੀਮ ਸਾਰੀ ਉੱਥੇ ਹੀ ਰਹਿ ਗਈ ਸੀ, ਅਤੇ ਮੇਰੇ ਨਾਲ ਦਾ ਮੈਨੂੰ ਕਹਿੰਦਾ ਬਾਬਾ ਜੀ ਹੁਣ ਤਾਂ ਆਪਾਂ ਨੂੰ ਰਾਸਤੇ 'ਚ ਵੀ ਕੋਈ ਗੱਡੀ ਨਾ ਚੜ੍ਹਾ ਦੇਵੇ। ਹਾਂ, ਡਰ ਲੱਗਦਾ? ਨਹੀਂ, ਖਾਲਸਾ ਕਦੇ ਡਰਦਾ ਨਹੀਂ ਹੈਗਾ। ਨਹੀਂ, ਪਰ ਇਹ ਤੁਹਾਨੂੰ ਲੱਗਦਾ ਵੀ ਇਹੋ ਜਿਹਾ ਕੁਛ ਹੋ ਨਾ ਜਾਏ? ਦੇਖੋ, ਹੋ ਜੋ ਭਾਗਾਂ 'ਚ ਲਿਖਿਆ ਕੋਈ ਉਹਦਾ ਉਹ ਨਹੀਂ। ਸਿਕਿਉਰਟੀ ਲੈ ਲਓ ਫਿਰ, ਹੁਣ ਤਾਂ ਮਿਲ ਵੀ ਜਾਊਗੀ। ਦੇਖੋ ਜੀ, ਇਹਦਾ ਮੈਨੂੰ ਕੋਈ ਪਤਾ ਨਹੀਂ ਹੈਗਾ, ਇਹਦਾ ਨਾ ਮੈਨੂੰ ਇਹਦੇ ਬਾਰੇ ਸਿਕਿਉਰਟੀ ਦਾ ਪਾਠ ਹੈ। ਪਿਛਲੇ ਲੰਗਰ ਸ਼ੁਰੂ ਹੋ ਗਿਆ ਹੁਣ, ਕਦੋਂ ਤੋਂ ਸ਼ੁਰੂ ਕਰ ਰਹੇ ਹੋ ਉੱਥੇ? 10 ਤਰੀਕ ਤੋਂ ਕਰਨਾ। ਮੈਂ ਇੱਕ ਤੁਹਾਨੂੰ ਹੋਰ ਦੱਸਾਂਗਾ, ਮੇਰੇ ਘਰ ਦੀਆਂ ਫੋਟੋਆਂ ਲਗਾ ਕੇ ਇਹ ਲੋਕ ਪਿੱਛੇ ਵਾਇਰਲ ਕਰਦੇ ਸੀਗੇ ਬਾਹਰ ਗੇਟ ਦੀਆਂ। ਫਿਰ ਮੈਂ ਇਹ 3 ਮਹੀਨੇ ਪਹਿਲਾਂ ਵੀ ਆਪਣੇ ਇੱਕ ਐਪਲੀਕੇਸ਼ਨ ਲਾਈ ਸੀ ਕਿ ਇਹ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਮੇਰੇ ਪਰਿਵਾਰ ਨੂੰ ਜਾਂ ਮੇਰੇ ਸਰਕਲ ਨੂੰ ਬਹੁਤ ਸਾਰੇ ਮਹਾਂਪੁਰਖਾਂ ਦੀਆਂ ਪਿਕਸ ਲਗਾ ਕੇ ਉਹਨੂੰ ਲੋਕਾਂ ਨੂੰ ਬਦਨਾਮ ਕਰਕੇ ਕੀ ਦੱਸਣਾ ਚਾਹੁੰਦੇ ਨੇ ਕਿ ਇਹ ਬਹੁਤ ਅੱਛੇ ਲੋਕ ਨੇ। ਇਹਨਾਂ ਦਾ ਨਾਮ ਲੈਣਾ ਵੀ ਜੀਭ ਤੋਂ ਸ਼ਾਇਦ ਇਹ ਲੱਗਦਾ ਹੈਗਾ ਕਿ ਪਾਪ ਹੈ। ਸਾਨੂੰ ਬੁਲਾਓਗੇ ਉੱਥੇ? ਜੀ ਆਏ ਨਾ, ਮੈਂ ਤੁਹਾਡਾ ਲੰਗਰ 'ਤੇ, ਤੁਹਾਡਾ ਲੰਗਰ ਹੈ ਸੇਵਾ, ਅਸੀਂ ਉੱਥੇ ਵੀ ਦੇਖਣ ਆਵਾਂਗੇ, ਤੁਸੀਂ ਸੇਵਾ ਕਿਵੇਂ ਕਰਦੇ? ਬਿਲਕੁਲ, ਤੁਹਾਡੇ ਸੇਵਾ ਵੀ ਤੁਹਾਡੇ ਸੇਵਾ ਵਿੱਚ ਪਵਾਉਂਗੇ ਵੀ, ਉੱਥੇ ਜ਼ਰੂਰ ਆਵਾਂਗੇ, ਤੁਹਾਨੂੰ ਮਿਲਾਂਗੇ ਵੀ। ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।